ਇਕ ਜਾਨਬੇ ਅਸੀਂ ਕਹਿੰਦਾ ਜਾਨਬੇ ਰੋਟੀਆਂ ਪਕਾ ਦਾ ਕੰਮ ਰੈ ਫੜਾ ਕ੍ਰਾਂਸ਼ੀਵ ਤੋਂ ਮੈਂ ਪੜਿਆ ਆ ਬਹੁਤ ਵਧੀਆ ਪਰ ਤੁਸੀਂ ਰਮੈਨ ਵੀ ਸਾਡੀ ਸੁਣੋ ਉਹ ਮੈਂ ਕਿਹਾ ਪਿਤਾ ਜੀ ਅਸੀਂ ਇਹ ਮਨਾਨ ਨੂੰ ਜਾਣ ਦੇਣਾ ਪਿਤਾ ਜੀ ਕਹਿੰਦੇ ਬੇਟਾ ਉਹ ਤੇ ਮਾਂ ਤੇ ਚੱਲਦੀ ਹੱਕੇ ਤਰੋ ਉਹ ਕਹਿੰਦਾ ਜੇ ਤੂੰ ਸੱਪ ਪਣੀ ਬਾਣ ਡੰਗ ਮਾਰੂਗੀ ਨਾ ਵੀ ਜੋਗੀ ਵਾਲੀ मैं भी जोगी वाली बजा बैठी सुनी ओ दी बजा तू जोगी वाली बजा दूंगा मैं भी लाहौर वाली शावा मैं भी लाहौर वाली चिलम मंगा दऊंगी बैठा पी जाई अल्लाह करे बदली दिशा मेरे दिल जानी ਆਪ ਖਾਣਾ ਤੋਰੀ ਨੇ ਰੀ ਮਾਂ ਮੇਰੇ ਬੇਲੀ ਜਾਨੀ ਨੂੰ ਸੱਜਣਾਂ ਦਾ ਬੇਚਾਰਾ ਬਹੁਤ ਹਾਂ ਨਹੀਂ ਨਹੀਂ ਤੁਹਾਡੇ ਤਾਂ ਬਿਲਕੁਲ ਬਿਲਕੁਲ ਦੇਖੋ ਮਾਦਣਾ ਕਹਣਾ ਸਰਨੰਗੀ ਹੋ ਗਈ ਹੁਣ ਸਭ ਸਰਨੰਗੀਆਂ ਫਿਰਦੀ ਅੱਜ ਦਾ ਦਿਨ ਮੇਰੇ ਲਈ ਬੜਾ ਖਾਸ ਹੈ ਕਿ ਮੇਰੇ ਦੋਸਤ ਡਾਕਟਰ ਸੁਨੀਤ ਕੁਮਾਰ ਸ਼ਰਮਾ ਜੀ ਮੇਰੇ ਘਰ ਆਏ ਨੇ ਤੇ ਨਾਲ ਆਏ ਨੇ ਜੀ ਬਜ਼ੁਰਗ ਉਹਨਾਂ ਦੇ ਸੱਸ ਮਾਂ ਜੀ ਤੇ ਗੱਲਬਾਤ ਕਰਾਂਗੇ ਇਹਨਾਂ ਨਾਲ ਉਹ ਦੌਰ ਦੀ ਜਿਸ ਦੌਰ ਨੂੰ ਅਸੀਂ ਕਹਿੰਦੇ ਆ ਕਿ 47 ਦੇ ਆਰ ਪਾਰ ਦਾ ਜ਼ਮਾਨਾ ਇਹ ਬਜ਼ੁਰਗ ਜਿਹੜੇ ਨੇ ਇਹਨਾਂ ਦਾ ਜਿਹੜਾ ਵਾਸਤਾ ਆ ਉਹ ਰਾਹੋਂ ਤੇ ਰਾਹੋਂ ਦੇ ਨੇੜੇ ਤੇ ਪਿੰਡਾਂ ਨਾਲ ਆ ਖਾਸ ਤੌਰ ਤੇ ਤਾਜਪੁਰ ਇੱਕ ਪਿੰਡ ਆ ਉਹ ਪਿੰਡ ਜਿਵੇਂ ਬਜ਼ੁਰਗਾਂ ਨੇ ਦੱਸਿਆ ਕਿ ਸਾਰੇ ਮੁਸਲਮਾਨਾਂ ਦਾ ਸੀ ਇਹਨਾਂ ਦਾ ਇੱਕੋ ਘਰ ਸੀ ਉੱਥੇ ਪੜਤਾਂ ਦਾ ਇਹਨਾਂ ਨਾਲ ਉਸ ਵਸ ਦੌਰ ਦੀ ਗੱਲ ਦੇ ਵਿੱਚ ਆਪਾਂ ਇਹ ਹੀ ਦੇਖਣਾ ਕਿ ਇਹਨਾਂ ਨੂੰ ਕਿੰਨੀ ਕੁ ਉਸ ਦੌਰ ਦੀ ਯਾਦ ਆ ਕਿੰਨੇ ਕੁ ਨਾਮ yaad ਆ ਇਹ ਬਜ਼ੁਰਗ ਉਸ ਤੌਰ ਨੂੰ ਕਿਵੇਂ ਮਹਿਸੂਸ ਕਰਦੇ ਆ ਬੀਬੀ ਸਭ ਤੋਂ ਪਹਿਲਾਂ ਤਾਂ ਨਮਸਕਾਰ ਜੀ ਅੱਛਾ ਬੇਟਾ ਖੁਸ਼ ਰਹਿ ਕੀ ਨਾਂ ਜੀ ਆਪਣਾ ਸ਼ਕੁੰਤਲਾ ਰਾਣੀ ਜੀ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀਗਾ ਜੀ ਮੱਥੁਰਾਮ ਪੰਡਤ ਮੱਥੁਰਾਮ ਬਾਬਾ ਜੀ ਬਾਬਾ ਤਾਂ ਮਰ ਚੁੱਕੇ ਸੀਗਾ ਕਾਂਸੀ ਰਾਮ ਸੀਗਾ ਨਾ ਅੱਛਾ ਅੱਛਾ ਮਾਤਾ ਦਾਦੀ ਦਾ ਨਾਮ ਸਹਾ ਭਗਵੰਤੀ ਅੱਛਾ ਅੱਛਾ ਹਾਂ ਜੀ ਤੁਸੀਂ ਦੱਸ ਰਹੇ ਸੀ ਕਿ ਤੁਹਾਡਾ ਜੱਦੀ ਪਿੰਡ ਤਾਂ ਸੀਗਾ ਰਾਹੋਂ ਹਾਂ ਜੱਦੀ ਸਾਡਾ ਸ਼ਹਿਰ ਰਾਹੋਂ ਹੀ ਆ ਸ਼ਹਿਰ ਦੇ ਵਿੱਚੇ ਮੇਰੇ ਬਾਬਾ ਬਾਬਾ ਜੀ ਵਿਆਹ ਹੋ ਸੀ ਨੀਲਾ ਸ਼ਹਿਰ ਕੋਲ ਪੈਂਦਾ ਨਾ ਉੱਥੇ ਵਿਆਹ ਹੋ ਸੀ ਮੇਰੇ ਬਾਬਾ ਜੀ ਮਤਲਬ ਰਾਹੋਂ ਬਹੁਤ ਵੱਡਾ ਸ਼ਹਿਰ ਸੀਗਾ ਬਹੁਤ ਵੱਡਾ ਸ਼ਹਿਰ ਇੱਕ ਮਹੱਲੇ ਤੋਂ ਦੂਜੇ ਮਹੱਲੇ 'ਚ ਸ਼ਾਦੀ ਹੋ ਜਾਂਦੀ ਸੀ ਸ਼ਹਿਰ ਨਿੱਕੀ ਜਿਹਾ ਤਾਂ ਬਣਿਆ ਸਭ ਬਚੋੜੀਆਂ ਕਹਿੰਦੇ ਬਿਲਕੁਲ 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 ਲੋਕਾਂ ਨੇ ਨਿਆ ਪਟੀਆਂ ਹੁਣ ਤਾਂ ਦੈਂਕਾਂ ਬਣੀਆਂ ਜਦ ਘੜੇ ਦੱਬਦੇ ਸੀ ਪੈਸਿਆਂ ਦੇ ਉੱਤੇ ਲੋਕਾਂ ਨੂੰ ਪੈਸੇ ਬੜੇ ਮਿਲੇ ਚਾਟੀਆਂ ਭਰੀਆਂ ਨਿਕਲ ਗਈਆਂ ਲੋਕਾਂ ਦੇ ਨਾਲ ਮੋਲਾਂ ਨ ਉਹ ਰਾਂ ਦੇ ਕਾਟ ਤੱਕ ਪੰਤੇ ਦਾਨ ਕਰਦਾ ਮਾਇਆ ਵਿੱਚ ਜ਼ਮੀਨ ਤੇ ਪਈ ਰਹੀ ਨਹੀਂ ਅੱਗੇ ਜ਼ਮੀਨ ਤੇ ਰਹਿੰਦੀ ਸੀ ਹੁਣ ਡੰਕਾਂ ਬਣ ਗਈਆਂ ਵਾਹ ਜੀ ਵਾਹ ਹਾਂ ਵਾਹ ਜੀ ਵਾਹ ਤੇ ਰਾਹੋਂ ਦੀਆਂ ਕਿੰਨੀਆਂ ਗੱਲਾਂ ਤੁਸੀਂ ਸੁਣੀਆਂ ਆ ਰਾਹੋਂ ਦੀਆਂ ਨਹੀਂ ਬਹੁਤੀਆਂ ਸੁਣੀਆਂ ਰਾਹੋਂ ਤਾਂ ਰਹੇ ਤਾਂ ਅਸੀਂ ਕਿੰਨੇ ਦਿਨ ਵਾਰ ਦਿਨਾ ਚਾਚਾ ਜੀ ਸੀ ਮੇਰੇ ਉੱਥੇ ਹਲਵਾਈ ਸੀਗੇ ਦੇਸੀ ਘੇਜ ਦੁਕਾਨ ਸੀ ਉਹਨਾਂ ਦੀ ਵਾਹ ਸਾਰੇ ਸ਼ਹਿਰ ਵਿੱਚ ਮਸ਼ਹੂਰ ਸੀਗੇ ਉਹ ਦਿਨਾ ਚਾਚਾ ਜੀ ਮੇਰੇ ਤੇ ਰਹਿੰਦੇ ਤਾਂ ਅਸੀਂ ਦਸਹਿਰਾ ਦੇਖਣ ਜਾਣਾ ਅਸ਼ਮੀ ਇਕੜਾ ਹੀ ਕਰਕੇ ਚੱਲ ਜਾਣਾ ਤਿੰਨ ਚਾਰ ਦਿਨ ਉੱਥੇ ਰਹਿਣਾ ਹਾਂਜੀ ਅੱਛਾ ਇਹ ਤੁਸੀਂ ਦੱਸਦੇ ਸੀਗੇ ਕਿ ਰਾਹੋਂ ਦੇ ਵਿੱਚੋਂ ਤੁਹਾਨੂੰ ਜਾਣਾ ਪੈ ਗਿਆ ਉਹ ਪੂਰੀ ਕਹਾਣੀ ਸੁਣਾਓ ਵੀ ਤੁਹਾਡੇ ਬਜ਼ੁਰਗ ਰਾਹੋਂ ਚੋਂ ਕਿਉਂ ਦੌੜੇ ਸੀ ਕੀ ਹੋਇਆ ਸੀ ਉਹਨਾਂ ਰਾਹਾਂ ਤੋਂ ਪ੍ਰੇਗ ਦੀ ਬਿਮਾਰੀ ਪੈ ਗਈ ਨਾ ਫਿਰ ਮੇਰੇ ਬਾਬਾ ਜੀ ਮੇਰੀ ਦਾਦੀ ਮੇਰੇ ਤਾਇਆ ਜੀ ਉਹ ਇੱਕ ਹਫ਼ਤੇ ਚ ਮਰ ਗਏ ਸੀ ਓਹੋ ਫਿਰ ਮੇਰੇ ਪਿਤਾ ਜੀ 50 ਸਾਲਾਂ ਦੇ ਬਚ ਗਏ ਉਹ ਫਿਰ ਮਾਮਾ ਮਾਮੀ ਨੇ ਪਾਲ ਜਾਣਾ ਉਹਨਾਂ ਦਾ ਕਿਹੜਾ ਪਿੰਡ ਸੀ ਮਾਮਾ ਮਾਮੀ ਦਾ ਉਹੀ ਰਹੇ ਅੱਛਾ ਉਹਨਾਂ ਨੇ ਪਾਲਿਆ ਸੀਦਾ ਦੀ ਮੇਲੀ ਹਾਂ ਅੱਛਾ 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 ਉਹਨਾਂ ਨੇ ਫੇ ਪਾਲਿਆ ਫੇ ਪਿਤਾ ਜੀ ਵੱਡੇ ਹੋ ਗਏ ਫੇ ਇਹਨਾਂ ਨੂੰ ਗੋਟੇ ਰਵਾਸ ਗੋਟੇ ਦੀ ਮਸ਼ੀਨ ਤਾਜ ਪਰ ਲਾਤੀ ਕਹਿੰਦੇ ਵੱਡਾ ਪੈਂਦਾ ਚੰਗਾ ਉੱਥੇ ਕੰਮ ਚੱਲਣਾ ਅੱਛਾ ਤਾਜ ਪਰ ਗੋਟਾ ਬਣਿਆ ਨੇ ਤੇ ਗੋਟੇ ਦਾ ਕੰਮ ਘਟ ਗਿਆ ਦਰਵਾਜ ਆ ਜਾਂਦੇ ਨੇ ਫੇ ਫੇ ਕਰਿਆਨੇ ਦੁਕਾਨ ਪਾਲੇ ਪਿਤਾ ਨੇ ਬਾਬੂ ਸ਼ਿੰਬਾ ਸਗਾ ਹਿੰਦੂ ਖੋਜਾਂ ਦਾ ਉਹ ਤੇ ਅਸੀਂ ਘਰ ਤੇ ਦੁਕਾਨ ਕਿਰਾਏ ਤੇ ਲੈ ਲਈ ਅੱਛਾ ਨਹੀਂ ਆਪਣਾ ਦਾ ਸੀ ਹਾਂ ਅੱਛਾ ਫੇਰ ਉਤੇ ਪਿਤਾ ਜੀ ਕੰਮ ਕਰਦੇ ਰਹੇ ਚਲ ਸਾਡਾ ਵਿਆਹ ਹੋ ਗਿਆ ਪਿਤਾ ਜਨਮ ਹੋ ਗਿਆ ਸਾਡਾ ਮੈਂ ਇੱਕ ਮਿੰਟ بڑا ਭਰਾ ਸੀ ਤਾਂ ਥੋੜੇ ਚਲੇ ਮਾਰ ਗਿਆ ਸੀਗਾ ਤਾਂ ਮੇਰੇ ਤੇ ਛੋਟਾ ਭਰਾ ਇੱਕ ਸਾਡਾ ਸੀਗਾ ਮਾਤਾ ਮੈਂ ਮੇਰਾ ਪ੍ਰੈਜ਼ੀਡੈਂਟ ਰਾਤੇ ਆ 8 ਸਾਲ ਮੇ ਤੇ ਛੋਟਾ ਭਰਾ ਸੀਗਾ ਗौरी शंकर ਉਹ ਰਹਿੰਦਾ ਲੁਧਿਆਣਾ ਹੋ ਜਰੀ ਬਣਾ ਜੀ ਅੱਛਾ ਉਹ ਫਿਰ ਲੁਧਿਆਣਾ ਚੱਲ ਗਿਆ ਸੀ ਅੱਛਾ ਸਾਨੂੰ ਮੇਰੇ ਪਿਤਾ ਜਿਹੜੀ ਮਾਸੀ ਸੀ ਨਾ ਉਹ ਔੜ ਵਿਆਹੀ ਸੀ ਉਹ ਵਿਦਲਾ ਹੋ ਗਿਆ ਉਹਨੇ ਤੇ ਮਾਮਾ ਮਾਸੀਆਂ ਨੇ ਮੇਰੇ ਪਿਤਾ ਨੂੰ ਪਾਲਿਆ ਵਿਆਹ ਆ ਸਭ ਕੁਝ ਕੀਤਾ ਹਾਂ ਉਹ ਜਿਹੜੀ ਉਹੀ ਦਾਦੀ ਸੀ ਸਾਡੀ ਮਾਸੀ ਅੱਛਾ 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 ਮਸ ਮਤਲਬ ਉਹਨਾਂ ਦਾ ਬਚਪਨ ਜਿਹੜਾ ਔੜ ਵਿੱਚ ਬੀਤਿਆ ਜਾਂ ਰੋਹ ਵਿੱਚ ਲਾਂਗਾ ਉਹ ਰੋਹ ਹੀ ਆ ਗਿਆ ਰੋਹ ਹੀ ਆ ਗਿਆ ਤਾਜਪੁਰ ਰਹੇ ਸਾਡੇ ਕੋਲ ਅੱਛਾ ਫਿਰ ਤਾਜਪੁਰ ਇੱਦਾਂ ਜਵਾਨ ਸੀ ਜੀ ਮੇਰੇ ਪਿਤਾ ਜੀ ਕਹਿੰਦੇ ਕੋਰਸੇ ਖੋਜੇ ਉੱਥੇ ਸਹਿਜਪਾਲ ਦਾ ਨੇ ਘਰ ਸੇ ਬਹਾਮਣਾਂ ਦੇ ਅੱਠ-ਦਸ ਜੀ ਉਹ ਕਹਿੰਦੇ ਬਹਾਮਣਾਂ ਦੇ ਵਿੱਚ ਫਿਰ ਮਿਲ ਪਿੱਦੇ ਨੂੰ ਪੰਜ ਮਾਲ ਲੈ ਕੇ ਜਗਾ ਉੱਥੇ ਕਮਰਾ ਪਾਤਾ ਵੀ ਮਹਾਜਾਨਾਂ ਵਿੱਚ ਰਹੂਗੀ ਸਾਦਾ ਪਿੰਡ ਸਾਰਾ ਮੁਸਲਮਾਨਾਂ ਦਾ ਸੀ ਕਰਕੇ ਜਵਾਨ ਸੀ ਮੇਰੇ ਪਿਤਾ ਜੀ ਮਾਸੀ ਉੱਥੇ ਰਹੀ ਅਸੀਂ ਕਦੀ ਖੋਜੀ ਨਹੀਂ ਤਲ ਜਾਣਾ ਕਿ ਤਾਜਪੁਰ ਅੱਛਾ 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 ਤੇ ਤਾਜਪੁਰ ਤੁਹਾਡਾ ਬਚਪਨ ਬੀਤਿਆ ਹਨ ਜੀ ਜਨਮੇ ਉੱਥੇ ਹੋਇਆ ਸਾਦਾ ਜੀ ਜੀ ਜਨਮੇ ਹੋਇਆ ਪਹਿਲਾਂ ਮੇਰਾ ਹੋਇਆ ਮੇਰਾ ਹੈਗਾ ਆ 6 ਮਹੀਨਿਆਂ ਦਾ ਇਹਨੇ ਕੁੜੀਆਂ ਦੇ ਬੱਚੇ ਦੇਖ ਲੈਂਦੇ ਆ ਤੇ ਫਿਰ ਮੋਬਾਈਲ ਪਰ ਕਹਿੰਦੇ ਤੁਹਾਡਾ ਨਾ ਮਾਤਾ ਜੀ ਜਨਮ ਹੋਇਆ 6 ਮਹੀਨਿਆਂ ਦਾ ਦੇ ਮੇਰੇ ਭਰਾ 8 ਸਾਲ ਮੇਤੇ ਛੋਟਾ 6 ਮਹੀਨੇ ਚੋਂ ਹੋਆ ਜਨਮ ਆ 8 ਸਾਲ ਬਾਅਦ ਉਹ ਜੰਮਿਆ ਛੋਟਾ ਭਰਾ ਮੇਰਾ ਹਾਂ ਉਹ 1 ਸਾਲ ਦਾ ਸੀਗਾ ਉਹ 8 ਸਾਲ ਛੋਟਾ ਮੇਤੇ ਜਦ ਮੈਂ ਅੱਛਾ ਫੇਰ ਮੈਂ ਪੜਨ ਲੱਗ ਪਈ ਸੈਫਰਮਾਨ ਮਾਸਟਰ ਪੜਾਉਂਦਾ ਸਸਨ ਬਾ ਤੁਸੀਂ ਪੜੇ ਵੀ ਹਾਂ ਥੋੜਾ ਜਿਆ ਪੜੀ ਕਿੱਥੇ ਆ ਚਲੋ ਉਸ ਵੇਲੇ ਉਸ ਵੇਲੇ ਸਕੂਲ ਤਾਂ ਗਈਆਂ ਮੈਂ ਸੁਣਦਾ ਸਕੂਲ ਜਾਂਦੀ ਨੂੰ ਹਲੇ 10 ਦਿਨ ਹੋਏ ਆ ਤੇ ਘਰੋਂ ਮੈਂ ਕਾਰਨ ਵੈਤ ਲੈਣ ਆਈ ਕੱਲ ਮੈਂ ਦਵਾਤਾਂ ਸੀ ਆ ਲੈਣ ਆਈ ਤੇ ਮੇਰੇ ਭਰਾ ਕਹਿੰਦਾ ਇਸ ਕੰਤਾ ਸਾਰੇ ਗਾਂਸੂ ਵੀ ਆ ਬਹੁਤ ਸਾਰੇ ਬੱਚੀ ਜਿੱਤੀ ਉਹਨਾਂ ਕੰਨ ਕਿ ਹਾਂ ਗਾਂਸੂ ਵੀ ਬੱਚੇ ਤੇ ਉੱਥੇ ਸਭ ਦਾ ਬਸਤਾ ਮੇਰਾ ਕੁੜੀਆਂ ਨੇ ਆਈਆਂ ਬਾਅਦ ਬੱਚੀ ਖਲਾਨ ਦਾ ਪਈ ਸਕੂਲ ਦੇ ਨਹੀਂ ਗਈ ਮੜਕ ਬਾਅਦ ਉਹ ਵਿਦੇਸ਼ ਪੜਾਈ ਬੈਠ ਕਰਮਾ ਚ ਨਾ ਸੀ ਮੇਰੇ ਹਾਂ ਅੱਛਾ ਫਿਰ ਰੋਲਾ ਪੈ ਗਿਆ ਬੱਚੀ ਖਲਾਨਦੀ ਜੇ ਹੁਣ ਜਦ ਫਿਰ ਵੱਡੀ ਹੋਈ ਤਾਂ ਕੋਈ ਕੁੜੀ ਰਮੈਨ ਕੋਈ ਕੁਛ ਪੜੀ ਨਾ ਪੁਹਾਉ ਮੈਂ ਪਿਤਾ ਨੇ ਫਿਰ ਮੈਨੂੰ ਹਿੰਦੀ ਪੜਾਈ ਅੱਛਾ ਪੜ੍ਹ ਲਈ ਤੁਸੀਂ ਹਾਂ ਫਿਰ ਹਿੰਦੀ ਵੀ ਤੇ ਫਿਰ ਪੰਜਾਬੀ ਕੱਢੀ ਫਿਰ ਫੇਰ ਤਾਂ ਮੈਂ ਸਭ ਗ੍ਰੰਥ ਪੜ੍ਹੇ ਪਰ ਪਿੱਤੇ ਦੇ ਪਹਾੜਾ ਲਿਆਏ ਪਤ ਪਹਾੜਾ ਮੈਂ ਕਿਹਾ ਨਹੀਂ ਪੜਨਾ ਨਾ 20000 ਪਰ ਆਪਣੇ ਮਾਪੇ ਦਾ ਕਹਿਣਾ ਮੰਨਣਾ ਚਾਹੀਦਾ ਹੁਣ ਮੈਂ ਇਦਾਂ ਤਾਂ ਦੇਖ ਲੈਂਨੀ ਆ ਕਿ ਐਨੀ ਤਰੀਕ ਨੂੰ ਕਾਸਤੀ ਆ ਤਰੀਕ ਤਾਂ ਨਹੀਂ ਪਤਾ ਉਹ ਹਿੰਦੀ ਜਿਹੜਾ ਪੜ੍ਹਿਆ ਜਾਂਦਾ ਵਿਕਾਸਦੀ ਉਹ ਪਤਾ ਲੱਗ ਜਾਂਦਾ ਹਮੇਸ਼ਾ ਹੀ ਆਪਣੇ ਮਾਤਾ ਪਿਤਾ ਦਾ ਕਹਿਣਾ ਮਨੋ ਵਾਹ ਜੀ ਵਾਹ ਅੱਛਾ ਹੁਣ ਆਪਾਂ ਥੋੜਾ ਜਿਹਾ ਤਾਜਪੁਰ ਦੀਆਂ ਗੱਲਾਂ ਕਰ ਲਈਏ ਅੱਛਾ ਅੱਛਾ ਠੀਕ ਤੁਹਾਡਾ ਕੱਲਾ ਹੀ ਘਰ ਸੀ ਪੜਤਾਂ ਦਾ ਸਾਡਾ ਕੰਦਾ ਸ ਬਹਾਮਣਾਂ ਦਾ ਹੋਰ ਤਰਖਾਣਾ ਦੇ ਸੀਗੇ ਕੋਲ ਸਾਡੇ ਕੋਲ ਕਾਲਸ ਹੈ ਇਹਨਾਂ ਦਾ ਨੂਰਦੀਨ ਉਮਰਦੀਨ ਦੁੱਲਾ ਰਾਗੀ ਤੂੰ ਬਾਪ ਜਾਉਂਦਾ ਸੋ ਸਾਰਿਆਂ ਨੂੰ ਪਤਾ ਉਹ ਲੰਬਾ ਸਾਡਾ ਲੰਬੇ ਸੇਤ ਨਹੀਂ ਹੈ ਇਹ ਗੁਜਰਾ ਤੋਂ ਸੀਗੇ ਗੁਜਰਾੋਂ ਤੋਂ ਸੀ ਤੇ ਰੈਮੋ ਸੀ ਇਹਨਾਂ ਦੀ ਮਾਂ ਅੱਛਾ ਅੱਛਾ ਤਾਂ ਇਹਦੇ ਜਿਹੜਾ ਉਮਰਦੀਨ ਸੀਗਾ ਨਾ ਉਹਦੀ ਕੁੜੀ ਸੀ ਇਹ ਮਨਾ ਮੇਰੀ ਸੇਹੀ ਥੋੜਾ ਜਿਹਾ 2 ਹੋ ਸਾਲ ਦਾ ਛੋਟਾ ਭਰਾ ਸਾਡਾ ਜੀਜ ਭੈਣ ਭਰਾ ਸੀ ਦੋਏ ਜੀ ਤੇ ਜਿਹੜਾ ਨੂਰਦੀਨ ਸੋ ਕੰਮੇ ਵਿਆਹਿਆ ਸਾ ਉਹਦੇ ਘਰ ਵਾਲੀ ਕਰਮੀ ਸੀ ਇਹਦਾ ਬਿਆਨ ਥੋੜਾ ਚਰਹਾ ਸੀ ਉਹਨਾਂ ਦੇ ਅੱਛਾ ਜੀ ਇਹ ਇਦਾਂ ਰੌਲਾ ਪੈ ਗਿਆ ਉਹਦਾ ਉਹਦੇ ਨਾਲ ਸਾਰੀਆਂ ਸਿੱਖੀਆਂ ਕਰਮੀ ਤੇ ਫਿਰ ਉਹਦੇ ਮਾਂ ਤੇ ਬਾਧ ਗਏ ਉਹ ਫਿਰ ਆਇਆ ਸੌਰ ਤੇ ਕੰਮ ਵਿੱਚ ਕਹਿੰਦੇ ਸਾਨੂੰ ਸਾਡੇ ਓਕੇ ਪੰਦ ਤੇ ਸਾਨੂੰ Hindu ਬਣਾ ਲਿਆ ਫਿਰ ਰਹਿ ਗਈ ਸੀ ਮਿਲਟਰੀ ਹੋਂ ਵੀ ਅੱਛਾ ਉਹ ਗੱਲਾਂ ਸਾਰੀਆਂ ਤੁਹਾਨੂੰ ਅਸੀਂ ਤਾਂ ਫਿਰ ਜਿਆਦਾ ਅਸੀਂ ਤਾਂ ਬੇਟਾ ਤੇ ਮਜੀਦ ਦਧਾਰੇ ਚਲੇ ਗਿਆ ਸੀ ਕਿ ਸਾਡਾ ਪਹਿਨ ਮੁਸਲਮਾਨ ਨਾਲ ਮੁਸਲਮਾਨਾਂ ਦੇ ਚਲੇ ਗਿਆ ਸ਼ਾ ਪਰਮਜੂਰ ਬਲੋਂ ਉਹ ਤਾਂ ਦੇਖਣ ਹੋਰ ਤਾਂ ਸਾਡੇ ਅਸੀਂ ਡਰ ਗਏ ओ तु, दा दा दे 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 अच्छा ओ दादासी ਤੁਰਨ ਲਗੇ ਮੁਸਲਮਾਨ ਹੱਥ ਜੁਣ ਤੁਸੀਂ ਚਲੇਗਾ ਸਾਡੇ ਪਰ ਹਮਲਾ ਹੋ ਜਾਣਾ ਬਿਲਕੁਲ ਪਿਤਾ ਜੀ ਕਹਿੰਦੇ ਸਾਨੂੰ ਤੁਹਾਡੇ ਬੰਦਿਆਂ ਤੇ ਡਰਦਾ ਦੇਖਦੇ ਹੋ ਤਰੇ ਅਸੀਂ ਸਾਰੇ ਤਰਖਾਨਾਂ ਦੇ ਕਰ ਸਾਰੇ ਅਸੀਂ ਕੁਛ ਵਜੀਰ ਚਲੇਗਾ ਕੁ ਦਦਾਲੇ ਚਲੇਗਾ ਠੀਕ ਉੱਥੇ ਅੱਛਾ ਤੈਨੂੰ ਕਿੰਨੇ ਕ ਨਾਮ ਯਾਦ ਆ ਉਸ ਨਾਮ ਮੈਨੂੰ ਇਹ ਨੂਰਦੀਨ ਅਮਰਦੀਨ ਇਹਨਾਂ ਦੀ ਭੈਣ ਸੀ ਇੱਕ ਕਰਮ ਤੇ ਉਹ ਵੀ ਵਿੱਚੇ ਵਿਆਹੀ ਸੀ ਅੱਛਾ ਤਾਂ ਇੱਕ ਸ਼ੁਗਰਾ ਸਲਾਮ ਤੇ ਸੀਆ ਸੇਹੜੀਆਂ ਮੇਰੀਆਂ ਇੱਕ ਹੀ ਮਨ ਆਈ ਸੀਗਾ ਉਹ ਸਾਡੇ ਪਿਤਾ ਜੀ ਹਨ ਸਿਰਸਤ ਚਾਸਾ ਉਹਦੀਆਂ ਦੋ ਤਿੰਨ ਲੜਕੀਆਂ ਸੀ ਸਰਦਾਰਾਂ ਮੀਦਾ ਸੀਦਾ ਔਰ ਸਕੀਨਾ ਇਹ ਸੀ ਉਹਨਾਂ ਦੀ ਕੁੜੀਆਂ ਹਾਂ ਇੱਕ ਇੱਕ ਦੀ ਜਾਨਬੇ ਅਸੀਂ ਕਹਿੰਦਾ ਜਾਨਬੇ ਰੋਟੀਆਂ ਪਕਾ ਦਾ ਕੰਮ ਰਹਿੰਦੇ ਛੋਟੇ ਛੋਟੇ ਨਹੀਂ ਗੱਲਦਾ ਹੈ ਵਾਹ ਜੀ ਵਾਹ ਜੀ ਵਾਹ ਹਾਂ ਸਹਿਰਮਾਨ ਮਾਸਟਰ ਬਹੁਤ ਚੰਗੇ ਸੀ ਸਕੂਲ ਕਿੱਥੇ ਸੀ ਤੁਹਾਡਾ ਹੋਜੀ ਖੋਜ ਜੀ ਸਕੂਲ ਖੋਜਾ ਤੁਹਾਡੇ ਬਿਲਕੁਲ ਨੇੜੇ ਹੀ ਹੈ ਜੀ ਐਨ ਅਬ ਥੋੜੀ ਦੂਰ ਸਾਂ ਦੌੜਿਆ ਨੇ ਚੱਲ ਜਾਣ ਦੌੜਿਆ ਨੇ ਆ ਜਾਣਾ ਅੱਛਾ ਸਕੂਲ ਤੋਂ ਖੇਤੇ ਬਿਚਾਲੇ ਅੱਛਾ ਸਕੂਲ ਉੱਥੇ ਰੋਸ਼ਨੀ ਲੱਗਦੀ ਸੀ ਨਾ ਦੀ ਅੱਛਾ ਜੀ ਰੋਸ਼ਨੀ ਬਹੁਤ ਹੁਣ ਵੀ ਲੱਗਦੀ ਹੈ ਪੈਸੇ ਭੇਜਦੇ ਆ ਖੋਜ ਜੀ ਰੋਸ਼ਨੀ ਲੱਗਦੀ ਸੀ ਉਹ ਵੀ ਮੁਸਲਮਾਨਾਂ ਦਾ ਪਿੰਡ ਸੀ ਉੱਥੇ ਮੀਆਂ ਸੀਗੇ ਜ਼ਿਆਦਾ ਮੁਸਲਮਾਨ ਲਾਲਿਆ ਕੋਲ ਸੱਦਿਆਲ ਖੋਜੇ ਤਾਜਪੁਰੇ ਤਿੰਨੇ ਪਿੰਡ ਇਕੱਠੇ ਸੀ ਅੱਛਾ ਲਾਲਿਆ ਜੀ ਕੋਲ ਸੱਦਲੇ ਪਾਸੇ ਜੀ 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 ਥੋੜਾ ਜਨਾ ਉਹ ਆਪਣੇ ਸਕੂਲ ਬਾਰੇ ਦੱਸੋ ਉਦੋਂ ਕੁੜੀਆਂ ਕਿੰਨੀਆਂ ਪੜ ਕੁੜੀਆਂ ਮੁੰਡੇ ਇਕੱਠੇ ਪੜਦੇ ਸੀ ਬੇਟਾ ਨਹੀਂ ਕਿੰਨੀਆਂ ਕੁੜੀਆਂ ਪੜਦੀਆਂ ਇੰਦਾ ਨਹੀਂ ਪੜਨ ਸਾਰੀਆਂ ਦਾ ਸਾਡੇ ਬਾਂਮਣਾ ਦੀਆਂ ਕੁੜੀਆਂ ਤਾਂ 4-5 ਜਾਨੀਆਂ ਸੀ ਔਰ ਮਰਾ ਪੁਸ਼ਪਾ ਦੇ ਨਾ ਇੰਦਾ ਸਨ ਜਾਨੀਆਂ ਸੀ ਇਕੋ ਪਿੰਡ ਚੋਂ ਉੱਥੋਂ ਕੋਈ ਨਹੀਂ ਕੋਲੇ ਸਕੂਲ ਸਾਫਰ ਮਾਸਟਰ ਦਾ ਅੱਛਾ ਅੱਛਾ ਸਾਫਰ ਮਾਸਟਰਿਸ ਕਹਿੰਦਾ ਇਕੋ ਹੀ ਸੀ ਬਸੋ ਹਾਂ ਪੂਰੇ ਸਕੂਲ ਚ ਮਾਸਟਰ ਸੀਗਾ ਤੁਸੀਂ ਕੀ ਉਦੋਂ ਉਰਦੂ ਪੜ੍ਹਦੇ ਹੁੰਦੇ ਸੀ ਉਰਦੂ ਪੜ੍ਹਾਉਂਦੇ ਸੀ ਕੁਝ ਵੀ ਨਹੀਂ ਪੜ੍ਹੀ ਮੈਂ ਤਾਂ ਥੰਦ ਕੇ ਕਾਇਦਾ ਵੀ ਸ਼ੁਰੂ ਕੀਤਾ ਸਾਬ ਚਾਲ ਪਰੰਜਾਨ ਲੱਗੀਆਂ ਹੋਏ ਸੇ ਬਸ ਤਾਂ ਮੇਰੇ ਕੁੜੀਆਂ ਲਈ ਆਇਆ ਬਸ ਬੱਚੀ ਖਿਲਾਉਣ ਲੱਪਈ ਵਿਦਿਆ ਪੜਾਈ ਕਰਮਾ ਨਾਲ ਮਿਲਦੀ ਆ ਵਾਹ ਜੀ ਵਾਹ ਤੇ ਵੀ ਠੀਕ ਆ ਹੁਣ ਦੇਖੋ ਮੈਂ ਗੁਰਨਾਮ ਸਾਖੀ ਪੜ੍ਹੀ ਆ ਸ਼ੇਪਰਾਣ ਵੀ ਪੜ੍ਹੀ ਆ ਰਮੈਨ ਵੀ ਪੜ੍ਹੀ ਆ ਪ੍ਰਿੰਸ ਅਗਰ ਵੀ ਪੜ੍ਹਾ ਸਭ ਪੜ੍ਹੇ ਚਲੋ ਕਿਉਂ ਹਿੰਦੀ ਪੜ੍ਹੀ ਪਿਤਾ ਜੀ ਕੋ ਤਾਂ ਪੰਜਾਬੀ ਹਿੰਦੀ ਵਿੱਚੋਂ ਕਹ ਲਈ ਚਲੋ ਕੀ ਦਿਆ ਬੜੀ ਅਨੇਕ ਹੋ ਗਿਆ ਸਵੇਰੇ ਉੱਠ ਕੇ ਨਾ ਧੋ ਕੇ ਤੇ ਤੇ ਤੁਸੀਂ ਥੋੜਾ ਜਿਹਾ ਆਪਣੀਆਂ ਸਹੇਲੀਆਂ ਨਾਲ ਜਿਹੜੀਆਂ ਤੁਹਾਡੀਆਂ ਖੇਡਾਂ ਸੀ ਸਾਂਝਾਂ ਸੀ ਉਹਨਾਂ ਦੀਆਂ ਗੱਲਾਂ ਸੁਣਾਓ ਕਿੱਦਾਂ ਖੇਡਦੀਆਂ ਸੀ ਕੀ ਖੇਡਦੀਆਂ ਹੁੰਦੀਆਂ ਸੀ ਬਸ ਉਹ ਪੀੜੀ ਬਾਦਾਂ ਉਹ ਛੁੱਟੀਆਂ ਬੰਗਾ ਮੇ ਖੇਲਣਾ ਪੀੜੀ ਬਾਕੇ ਦਬ-ਦਬ ਕੇ ਔਰ ਕਿਕਲੀ ਪਾਣੀ ਕਿਕਲੀ ਕਲੀਰ ਦੀ ਪੱਗ ਮੇਰੇ ਬੀਬੀ ਦੁਪੱਟਾ ਮੇਰੇ ਭਾਈ ਦਾ ਸਹਲ ਸਪਾਈ ਦਾ ਵਾਹ ਜੀ ਵਾਹ ਵਾਹ ਕਿਕਲੀ ਪਾਣੀ ਸੀ ਕੁੜੀਆਂ ਦਾ ਦਾ ਸਰਛੂਣ ਸਵਾਈ ਖੇਡਣਾਂ ਲੋਕ ਨੂੰ ਚਾਹੀਆਂ ਖੇਡਾਂ ਦੇ ਹੁੰਦੇ ਸੀ ਖੇਡਣ ਜਾਂ ਤੁਸੀਂ ਉਹਨਾਂ ਦੇ ਘਰ ਤਲ ਜਾਂਦੇ ਸੀ ਆ ਕੋਈ ਕੋਲ ਘਰ ਸੇ ਛੋਲ ਚਲ ਜਾਂਦੇ ਸੀ ਉਹ ਵੀ ਆ ਜਾਂਦੀਆਂ ਸੀ ਉਹ ਵੀ ਆ ਜਾਂਦੀਆਂ ਕਿ ਸਾਡੇ ਘਰ ਦਬਾ ਫਿਰ ਮੇਰੇ ਪਿਤਾ ਨੇ ਬੇਟਾ ਰਮਾਨ ਸ਼ੁਰੂ ਕੀਤੀ ਸੀ ਕਹਿੰਦੇ ਸਾਡਾ ਵੀ ਹਿੰਦੂਆਂ ਦਾ ਸੁਣੋ ਫਿਰ ਮੇਰੇ ਪਿਤਾ ਨੇ ਰਮਾਨ ਸੁਲਾਈ ਮੁਸਲਮਾਨਾਂ ਨੂੰ ਕਿੰਨੇ ਦਿਨ ਉਹ ਮੁਸਲਮਾਨ ਆ ਕੇ ਸੁਣਦੇ ਹੁੰਦੇ ਸੀ ਹੋਰ ਦੁਕਾਨ ਦੇ ਬੈਠਦੇ ਸਾਰੇ ਰਾਤ ਨੂੰ ਵਾਹ ਉਹਨਾਂ ਨੇ 8 ਵਜੇ ਬੈਠਣਾ ਰਮਾਨ ਸੁਣੀ ਕਹਿੰਦਾ ਤੁਸੀਂ ਤੁਹਾਡਾ ਕ੍ਰਾਂਸ਼ੀਫ ਤੋਂ ਮੈਂ ਪੜਿਆ ਆ ਬਹੁਤ ਵਧੀਆ ਪਰ ਤੁਸੀਂ ਰਮੈਨ ਵੀ ਸਾਡੀ ਸੁਣੋ ਉਹ ਸੁਣੀ ਸਾ ਪਿਤਾ ਨੇ ਸਾਈਕਲ ਕੋਲ ਤੱਕਿਆ ਸਾ ਸਾਡੇ ਚੌਤਾਲੇ ਸੇ ਬੜ ਬੜੇ ਬਣੇ ਉੱਥੇ ਪਿਤਾ ਨੇ ਸਾਈਕਲ ਸਿਖਾਲੇ ਕਿ ਪਿਤਾ ਇਹ ਸ਼ਹਿਰ ਦੇ ਸਿਆਣੇ ਪਤਾ ਜੀ ਜੀ ਉਹਨਾਂ ਨੂੰ ਸਾਈਕਲ ਸਿਖਾਜੇ ਮੁਸਲਮਾਨ ਅਬਦੁਲ ਹੱਕ ਸਾਰੇ ਜਿਹੜੇ ਹੈਗੇ ਸੀ ਉਹਨਾਂ ਨੂੰ ਦੋਸਤਾਂ ਮਿੱਤਰਾਂ ਨੂੰ ਬਾਈਕਲ ਕਿਵੇਂ ਚਲਾਈਦਾ ਹਾਂਜੀ ਪਿਤਾ ਸਾਈਕਲ ਚਲਾਉਂਦੇ ਜਦ ਸਾਈਕਲ ਕੋਈ ਕੋਈ ਸੀਗਾ ਕਿਸੇ ਕਿਸੇ ਕੋਲ ਸੀ ਜਦੋਂ ਉਹ ਅੱਛਾ ਸਾਈਕਲ ਫੇ ਵੱਡੀ ਵੱਡੀ ਉਮਰ ਦੇ ਮੁਸਲਮਾਨਾਂ ਨੂੰ ਸਿਖਾਏ ਹੋਣਾ ਆਹੋ ਵੱਡੇ ਵੱਡੇ ਅਬਦੁਲ ਹaq ਦੁਕਾਨਦਾਰ ਸਗਾ ਹੱਕੋ ਕਹਿੰਦੇ ਸੀ ਕੋਲੇ ਸੀ ਦੁਕਾਨ ਉਹਦੀ ਤੁਹਾਡੀ ਵੀ ਸਿਖਾਇਆ ਤੁਹਾਡੀ ਵੀ ਦੁਕਾਨ ਸੀ ਉਹਨਾਂ ਦੀ ਵੀ ਦੁਕਾਨ ਸੀ ਸਾਡੀ ਵੀ ਕਰਿਆੰਦੀਆਂ ਦੁਕਾਨ ਸੀ ਫਿਰ ਗਾਹਕ ਤੁਹਾਡੇ ਵੀ ਕਈ ਮੁਸਲਮਾਨ ਹੀ ਹੋਣੇ ਤਾਂ ਗਾਹਕ ਤਾਂ ਸਾਰੇ ਮੁਸਲਮਾਨ ਆਦੇ ਸੀ ਸੰਤ ਮੰਨਦੇ ਹੀ ਬਹੁਤ ਸੀਗੇ ਅੱਛਾ 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 ਓਏ ਮੁਸਲਮਾਨੀਆਂ ਨੇ ਆਣਾ ਕਰੋ ਘੜਾ ਪਾ ਲੈ ਆਣਾ ਕਣਕ ਦਾ ਜਾਂ ਮੱਕੀ ਦਾ ਪਿਤਾ ਜੀ ਕੋਲ ਦਰਵਾ ਢੇਰੀ ਕਰਨਾ ਮਾੜੀ ਜਿਹੀ ਖਾਣੀ ਤਲ ਤੇ ਐਸੇ ਲੈਣ ਦੌਰ ਕੇ ਪਾਣੀ ਭਰ ਕੇ ਬੈ ਜਾਣਾ ਅੱਛਾ ਹਾਂ ਮੈਂ ਕਿ ਪਿਤਾ ਜੀ ਆ ਕੇ ਕਰਨ ਕਹਿੰਦਾ ਪੁੱਤ ਐਦਾਂ ਕਣਕ ਦੇ ਜਾਨੀਆਂ ਤੁਹਾਨੂੰ ਪਤਾ ਬਹੁਤਾਂ ਦੀ ਚੋਰੀ ਚੱਲ ਜਾਂਦੀ ਆ ਵਾਹ ਜੀ ਵਾਹ ਵਾਹ ਜੀ ਵਾਹ ਆ ਦੇਖਣਾ ਮੈਂ ਪਿਤਾ ਜੀ ਕਣਕਾਂ ਤੇ ਟੈਲੀ ਕਰ ਗਿਆ ਹੁਣ ਦਵਾ ਦਾ ਪਿਤਾ ਜੀ ਓਖੇ ਇੰਨੀ ਜੀ ਹੋਈ ਜਿਹਾ ਐਸੇ ਲੱਗਦਾ ਤੋ ਕੋਈ ਮੇਲਾ ਵੀ ਲੱਗਦਾ ਸੀ ਤੁਹਾਨੂੰ ਕਿ ਰੋਸ਼ਨੀ ਲੱਗਦੀ ਸੀ ਇੱਥੇ ਪੈਸੇ ਤੇ ਦੇ ਪਾਕਿਸਤਾਨੀ ਮੁਸਲਮਾਨ ਅੱਛਾ ਜੀ ਕੋਈ ਰੋਸ਼ਨੀ ਲੱਗਦੀ ਆ ਬੜੀ ਭਾਰੀ ਹਾਂ ਅਸੀਂ ਰੋਸ਼ਨੀ ਦੇਖਣ ਜਾਣਾ ਤੂੜੀਆਂ ਚੜਾਉਣੀਆਂ ਸਭ ਮਤਲਬ ਹਾਂ ਜੀ 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 ਜਦ ਇੱਕ ਜੁੱੜਿਆਂ ਦੀ ਰੋਸ਼ਨੀ ਲਾਦੀ ਸੀ ਇੱਕ ਦੂਜੀ ਰੋਸ਼ਨੀ ਲਾਦੀ ਸੀ ਤੇ ਫਿਰ ਇੱਕ ਮੇਰੇ ਪਿਤਾ ਜੀ ਨਾਲ ਸ਼ਰੀਫ ਸਗਾ ਸਾਂਝੀ ਲਾਤਾ ਦਾ ਮੇਰੇ ਪਿਤਾ ਦਾ ਕੱਪੜੇ ਦਾ ਕੋਟਾ ਸੀਗਾ ਉਹਨਾਂ ਦਾ ਤੇ ਇੱਕ ਸਗਾ ਦੇਵਰਾਜ ਮਲ ਮਲਪਰ ਮਹਿਰੋਂ ਪਰ ਸੁਣਿਆ ਹੋਣਾ ਜੀ ਮਲ ਮਹਿਰ ਪਰ ਉੱਥੇ ਦਾ ਸੁਣਿਆ ਦਾ ਸੀਗਾ Hindu ਇੱਕ ਉਹ ਇੱਕ ਮੇਰੇ ਪਿਤਾ ਜੀ ਇੱਕ ਉਹ ਸ਼ਰੀਫ ਮੁਸਲਮਾਨ ਇਹ ਸਾਂਝੀ ਸੀਗੇ ਤਾਡੇ ਪਿੰਡ ਦਾ ਸ਼ਰੀਫ ਸੀਗਾ ਨਾ ਹਾਂ ਨੇ ਖੋਜ ਜਾਂਦਾ ਸੀ ਖੋਜ ਜਾਂਦਾ ਸੀ ਹਾਂ ਨੀਆਂ ਵਿੱਚੋਂ ਸੀਗਾ ਇਹ ਤਿੰਨੇ ਹੀ ਇਹ ਤਿੰਨੇ ਕੋਟਾ ਵੇਚਦੇ ਸੀ ਪਹਿਲਾਂ ਜੀ ਪਰਚੀ ਦਿੰਦੇ ਸਨ ਕੱਪੜਾ ਹਾਂ ਬਿਲਕੁਲ ਹੁੰਦੇ ਸੀ ਪਹਿਲਾਂ ਬਿਲਕੁਲ ਬਿਲਕੁਲ ਜਦੋਂ ਜੀ ਹੁਣ ਉਹਨੇ ਮੀਟਰ ਗੱਜ ਦੇਣਾ ਐਦਾਂ ਹੁੰਦੇ ਸੀ ਮਿਲ ਇਕੱਠਿਆਂ ਦਾ ਕੰਮਕਾਰ ਸੀਗਾ ਉਹ ਤਿੰਨੇ ਕਰਦੇ ਸੀ ਤਿੰਨੇ ਸਾਂਝੀਦਾਰ ਸੀਗੇ ਦੀਪੂ ਕੱਪੜੇ ਦਾ ਸੀ ਤਾਂ ਪਿਤਾ ਜੀ ਦੁਕਾਨ ਵੀ ਕਰਦੇ ਸੀ ਜੀ 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 ਹੋਰ ਗੱਲਬਾਤ ਸੁਣਾਓ ਕਹੀ ਜੋਤੀ ਖੇਡੇ ਜੇ ਰੋਸ਼ਨੀ ਵੇਖਣ ਜਾਂਦੀਆਂ ਸੀ ਬੀਬੀ ਜੀ ਹਾਂ ਤੇ ਨਾਲ ਸਹੇਲੀਆਂ ਹੁੰਦੀਆਂ ਸੀ ਹੋਰ ਸਹੇਲੀਆਂ ਦਾ ਚੂੜੀਆਂ ਚੜਾਉਣੀਆਂ ਬੰਗਾਂ ਰਹਿਣੀਆਂ ਮਸਲਾਨੀ ਸਹੇਲੀਆਂ ਵੀ ਸਾਡੇ ਬਹਾਮਣਾਂ ਦੇ ਘਰ ਚ 6-7 ਸਾਜ ਤਰਖਾਣਾਂ ਦੀਆਂ ਕੁੜੀਆਂ ਸਾਹਨੇ ਜਾਣਾ ਅੱਛਾ ਅੱਛਾ ਲੱਗਦੀ ਸੀ ਮੱਥੇ ਟੇਕਦੇ ਸੇ ਬਣੀਆਂ ਸੀ ਜਗਾ ਨਨ ਮੀਆਂ ਆਂ ਕਵਰਾ ਤੁਹਾਡੀ ਸਭ ਨਾਲੋਂ ਖਾਸ ਸਹੇਲੀ ਕਿਹੜੀ ਸੀ ਹੈ ਬਹੁਤ ਖਾਸ ਸਹੇਲੀ ਕਿਹੜੀ ਸੀ ਖਾਸ ਆਏ ਨਾ ਸੀ ਬਸ ਨ ਉਹ ਵਰਦੀ ਦੀ ਕੁੜੀ ਛੋਟਾ ਭਰਾ ਦਾ ਜੀਜਾ ਉਹ ਤੇਰਾ ਤਾਂ ਬਹੁਤ ਛੋਟਾ ਜਿਹਾ ਸੀ ਹਾਂ ਅਜੀਤ ਜੀ ਮੈਂ ਕਿਹਾ ਪਤਾ ਜੀ ਅਸੀਂ ਇਹ ਮਨਾਨ ਨੂੰ ਜਾਣ ਦੇਣਾ ਪਿਤਾ ਜੀ ਕਹਿੰਦੇ ਬੇਟਾ ਉਹ ਤੇ ਮਾਂ ਤੇ ਚੱਲ ਜੀ ਅਸੀਂ ਕਿੱਧਰ ਫਿਰ ਇਹਨਾਂ ਦਾ ਪਿਤ ਕੈਂਪ ਲੱਗਾ ਫਿਰ ਉਹ ਉਹ ਕੱਪ ਕਰਦੇ ਆ ਗੱਲ ਹਾਲੇ ਪਿੰਡ ਦੀਆਂ ਗੱਲਾਂ ਹੋਰ ਸੁਣਾਓ ਕਦੀ ਲੜੇ ਤੁਹਾਡੇ ਨਾਲ ਕਦੀ ਲੜੇ ਵੀ ਸੀ ਇਹ ਨਹੀਂ ਕਦੀ ਵੀ ਨਹੀਂ ਸੰਤ ਪਤਾ ਨਹੀਂ ਸੀ ਲਾਣ ਦਾ ਕਿੱਦਾਂ ਹੁੰਦਾ ਆ ਹੁਣ ਪਤਾ ਲੱਗਾ ਸਹੁਰੀਆਂ ਆ ਕੇ ਵੀ ਲੜਾਈਆਂ ਵੀ ਹੁੰਦੀਆਂ ਅੱਛਾ ਸਾਡੇ ਘਰ ਵਿੱਚ ਵੀ ਬਹੁਤ ਪਿਆਰ ਸੀ ਸਾਡੇ ਆਪਸ ਵਿੱਚ ਵੀ ਸਾਡੇ ਨਾਲ ਬਹੁਤ ਪਿਆਰ ਮੇਰੇ ਪਿਤਾ ਜੀ ਪਰ ਕਦੇ ਸੀਗੇ ਪਰ ਇਹ ਜਿਹੜੇ ਮੇਰੇ ਪਿਤਾ ਜੀ ਦੇ ਮਾਮਾ ਜੀ ਸਨ ਨਾ ਉਹਨਾਂ ਦੇ ਪੰਜ ਮੁੰਡੇ ਸਨ ਦੋ ਕੁੜੀਆਂ ਉਹੀ ਮੇਰੇ ਚਾਚੇ ਸਨ ਉਹੀ ਮੇਰੀਆਂ ਭੂਆ ਸੀਆਂ ਹਾਂ ਤੇ ਬੀਬੀ ਜੀ ਉਹ ਜਦੋਂ ਫਿਰ ਪਾਕਿਸਤਾਨ ਬਣਿਆ ਹਾਂ ਉਦੋਂ ਦੀ ਕਹਾਣੀ ਸੁਣਾਓ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਹੁਣ ਇਹਨਾਂ ਨੇ ਚੱਲ ਜਾਣਾ ਤੁਹਾਨੂੰ ਤਾਂ ਸਮਝ ਵੀ ਨਹੀਂ ਲੱਗੀ ਹੋਣੀ ਕਿ ਇਹਨਾਂ ਨੇ ਕਿਉਂ ਚੱਲ ਜਾਣਾ ਕੋ ਰੋਲੇ ਇੱਧਰ ਪਤਾ ਕੀ ਆ ਅਸੀਂ ਬਾਬਾ ਬਾਲਕ ਨਾਲ ਦੇ ਗਏ ਅਛਾ ਉਸ ਵੇਲੇ ਉਸ ਵੇਲੇ ਚਾਹਦਾ ਸੀ ਨਾ ਚੇਤ ਮਹੀਨੇ ਹੁੰਦਾ ਹਾਂਜੀ ਬਾਬਾ ਬਾਰਕ ਨਾਲ ਜਾ ਸੀ ਮੁੜ ਕੇ ਸੰਦੋਗੜ ਤੇ ਵਸ ਲਈ ਅਸੀਂ ਗੜਸ਼ਾਂਕਰ ਉਤਰੇ ਗੜਸ਼ਾਂਕਰ ਤੇ ਅਸੀਂ ਗੱਡੀ ਲੈਣੀ ਸੀ ਉੱਥੇ ਕਹਿੰਦੇ ਗੜਸ਼ਾਂਕਰ ਤੇ ਤੁਹਾਡੀ ਗੋਲੀ ਚੱਲ ਜਾਣੀ ਹੁਣ ਗੋਲੀ ਚੱਲ ਜਾਣੀ ਕਹਿੰਦੇ ਉਹ ਮੇਰੇ ਭਰਾਸ ਜੀ ਨਾਲ ਕੋਲ ਕੋ ਬਾਂਦੀ ਭਾਬੀ ਸੀ ਤਾਈ ਸੀ ਅਸੀਂ ਕੀ ਕੀਤਾ ਫਟਵਾ ਟਿਕਟਾਂ ਨਹੀਂ ਜਾਈਆਂ ਗੱਡੀ ਆਈ ਗੱਡੀ ਚੜ ਗਿਆ ਉਹ ਰੱਬ ਦੀ ਮਰਜ਼ੀ ਗੱਡੀ ਚੜੇ ਜਿੱਥੇ ਮਟਕੇ ਪਾਣ ਦਿੱਤੇ ਹੁੰਦੇ ਆ ਉਹਦੇ ਵਿੱਚ ਉਸ ਰੱਬੇ ਚੜ ਗਿਆ ਉਹ ਮਟਕਿਆਂ ਵਾਲੇ ਕਹਿੰਦੇ ਅਸੀਂ ਤੁਹਾਨੂੰ ਰੋਹ ਜਾ ਕੇ ਇਧਰੋਂ ਉਤਾਰ ਦਵਾਂਗੇ। ਕਿ ਅਸੀਂ ਕਹਾਂ ਜਿਆਦਾ ਟਿਕਟ ਨਹੀਂ ਲਈ ਹੈ। ਕਹਿੰਦੇ ਗੋਲੀ ਚੱਲਣੀ ਚੜ ਗਿਆ ਅਸੀਂ। ਬਸ ਉੱਥੋਂ ਫਿਰ ਲਾਲਾ ਸ਼ੁਰੂ ਹੋ ਗਿਆ ਸੀ ਕੋਠੇ ਉੱਪਰ ਬਹਿਣਾ। ਕਦੀ ਹਸਪੈਂਡ ਅੱਗ ਲਾਤੀ ਕਦੀ ਹਸਪੈਂਡ ਅੱਗ ਲਾਤੀ। ਬਸ ਤੁਹਾਡੇ ਨਾਲ-ਨਾਲ ਕਿਹੜੇ-ਕਿਹੜੇ ਪਿੰਡ ਲੱਗਦੇ ਸੀ? ਨਾਲਾ ਦੇ ਬਜੀਦ, ਦਸਾਲਾ, ਇਹ ਫਿਰ ਲਾਲਿਆਰ ਖੋਜੇ, ਤਾਜਪੁਰ ਇਹ ਤਾਂ ਕੋਲੇ ਸੇ ਖੜਕੂ ਵਾਲ ਜਲਾ ਮਾਜਰਾ। ਬਹੁਤ ਬਹੁਤੇ ਮੁਸਲਮਾਨਾਂ ਦੇ ਪਿੰਡ ਸੀ। ਵਿੱਚੇ ਹਿੰਦੂ ਮੁਸਲਮਾਨ ਮਿਲਦੇ ਸੀ। ਹਾਂ। ਇਹ ਜਿਹੜਾ ਬਜੀਦ ਰਾਸੇ ਜਿਆਦਾ ਸਰਦਾਰਾਂ ਦੇ ਸੀ ਹਾਂ ਜੀ 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 ਅਸੀਂ ਤਾਂ ਹੀ ਉੱਥੇ ਗਏ ਸੀ ਹਾਂ ਬਿਲਕੁਲ ਹਾਂ ਉੱਥੇ ਫੇ ਔੜ ਬਡਾਂਗਾ ਬਹੁਤ ਹੋਇਆ ਸੀ ਔੜੋਂ ਫਿਰ ਬਹੁਤ ਉੱਥੇ ਸੁਣਿਆ ਸੀ ਬਡਾਂਗਾ ਔੜ ਚ ਬਹੁਤ ਹੋਇਆ ਬਹੁਤ ਹਾਂ ਮਰਖਲ ਕੈਂਪ ਲੱਗਾ ਸੀ ਉੱਥੇ ਮੈਨੂੰ ਲੱਗਦਾ ਅੱਛਾ ਰਾਹੋਂ ਵੀ ਕੈਂਪ ਲੱਗਾ ਸੀ ਰਾਹੋਂ ਆ ਲੱਗਿਆ ਸੀ ਬਰਾਮ ਲੱਗਿਆ ਸੀ ਘਾਟਾ ਲੈਣ ਆਉਂਦੇ ਸਾਡੇ ਮਥਾ ਰਾਤ ਅੱਛਾ ਰਾਤ ਨੂੰ ਆਉਂਦੇ ਸੀ ਉਹਨਾਂ ਨੇ ਆਟਾ ਲੈਣਾ ਉਹਨਾਂ ਨੇ ਨਾ ਆਟਾ ਲੈਣਾ ਪੀਤੀ ਕੇ ਦੇ ਜਾਣ ਖਾਸ ਚੱਲ ਜਾਨਾ ਲੋਕਾਂ ਨੇ ਕਹਾ ਮਿਸਤਰੀ ਤੁਸੀਂ ਖਰਾਸੇ ਚ ਚਲਾਈ ਜਾਂਦੇ ਆ ਕਹਿੰਦੇ ਹੋਰ ਰਾਜ ਜਾਂਦੇ ਆ ਤਾਂ ਉਹਨਾਂ ਰਾਤ ਨੂੰ ਪੰਡਾ ਬਣ ਕੇ ਲੈਣੀ ਮਸਲਾਂ ਸਾਡੇ ਬਾਖਬ ਸੀਗੇ ਹੂੰ ਉਹਨੇ ਪੰਡਾ ਬਣ ਕੇ ਲੈ ਜਾਣੀਆਂ ਵੀ ਉਹਨਾਂ ਨੇ ਜਦੋਂ ਪਿੰਡ ਛੱਡਿਆ ਹਾਂ ਉਹਦੋਂ ਦੀ ਗੱਲ ਸੁਣਾਓ ਵੀ ਕਿੱਦਾਂ ਹੋਈ ਨਹੀਂ ਪਿੰਡ ਤੇ ਐਸੀ ਗੱਲ ਕਰਕੇ ਛੱਡ ਪਰ ਜਥਾ ਆ ਗਿਆ ਇਹਨਾਂ ਦਾ ਵਜੀਦਰ ਆਏ ਤੇ ਸੱਤ ਤਵੇ ਬਨੇ ਢੰਗ ਤਵੇ ਬਨੇ ਫਿਰ ਜਥਾ ਆ ਗਿਆ ਡਰ ਕੇ ਵੀ ਹੁਣ ਪਤਾ ਨਹੀਂ ਕਿੱਦਾਂ ਹੋਣੀ ਆ ਫਿਰ ਅਸੀਂ ਇਹਨਾਂ ਦੇ ਇਧਰ ਜਾਲ ਦੇ ਵੇਲੇ ਚੜ੍ਹ ਕੇ ਮਸਲਾਂ ਮਾਂ ਫਿਰ ਅਸੀਂ ਉਹ ਨਾ ਤੇ ਡਰ ਗਏ ਉਹ ਦੇਖਣ ਹੋਰ ਤਰ੍ਹਾਂ ਅੱਛਾ ਹਾਂ ਉਹ ਕਹਿੰਦਾ ਸੀ ਹਿੰਦੂਆਂ ਨੇ ਇਹਨਾਂ ਨੂੰ ਇੱਥੇ ਮਾਰ ਦੇਣਾ ਅੱਛਾ ਜਾੜ ਦੇ ਵਾਲੇ ਤੁਹਾਡੇ ਪਿੰਡ ਗਏ ਸੀ ਜਾੜ ਦੇ ਕੋ ਪਿੰਡ ਛਾ ਪਰ ਮਜੂਰ ਇਦਾਂ ਦੇ ਪਿੰਡ ਹੋ ਮੁਸਲਮਾਨ ਉਹ ਸਾਡੇ ਪਿੰਡ ਸਾਰੇ ਇਕੱਠੇ ਹੋ ਗਏ ਤਾਜ ਪਰ ਜੀ 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 ਫਿਰ ਅਸੀਂ ਜਾੜ ਦੇ ਫਿਰ ਅਸੀਂ ਕੀ ਅਸੀਂ ਹੁੜਿਆਣਾ ਫਿਰ ਤਾਂ ਰੌਲਾ ਬਹੁਤ ਪੈ ਗਿਆ ਫਿਰ ਅੱਗਾ ਰਾਤਿਆਂ ਦਾ ਨਹੀਂ ਜਦੋਂ ਤੁਸੀਂ ਪਿੰਡ ਛੱਡਿਆ ਤੁਸੀਂ ਆਪਣੀ ਸਹੇਲੀ ਨੂੰ ਤੁਸੀਂ ਮਿਲੇ ਸੀਗੇ ਮਿਲ ਕੇ ਗਏ ਨਹੀਂ ਨਹੀਂ ਬਸ ਥੋੜੇ ਥੋੜੇ ਮੇਰੀਆਂ ਰੋਂਦੀਆਂ ਕੜਾਂ ਨਹੀਂ ਗਈ ਸਾਰੇ ਰਾਹ ਦੇ ਰਹਿੰਦੇ ਸੀ ਤੇ ਮੁਸਲਮਾਨ ਤੁਹਾਨੂੰ ਰੋਕਦੇ ਸੀ ਕਿ ਨਾ ਜਾਓ ਹਾਂ ਹਾਂ ਰੋਕਦੇ ਸੀ ਕਹਿੰਦੇ ਤੁਸੀਂ ਚੱਲ ਜਾਣਾ ਕਹਿੰਦਾ Hindu ਦਾ ਕੋਈ ਹੈ ਨਹੀਂ ਚਲੋ ਮੁਸਲਮਾਨ ਕਰਦੇ ਮਾਰ ਪਾਓ ਬੱਛਾ ਉਹ ਇਸ ਕਰਕੇ ਡਰਦੇ ਸਿਰ ਤੁਸੀਂ Hindu ਬੈਠੇ ਹੋ ਕੋਈ ਹਮਲਾ ਨਹੀਂ ਹੋਣਾ ਸਾਡੇ ਪਰ ਫਿਰ ਪਿਤਾ ਜੀ ਕਹਿੰਦੇ ਮੇਰੇ ਭਰਾ ਕੋਤਰਖਾਂਸੇ ਹੋ ਕੇ ਸਾਨੂੰ ਆਪਣਾ ਦਰਵਾਜ਼ਾ ਤੇ ਤੁਹਾਡੇ ਬੰਦੇ ਦੇਖਦੇ ਹੋ ਉੱਤਰ ਉਹ ਬੰਦੇ ਪਤਾ ਕੀ ਕਹਿਣ ਇਹਨਾਂ ਨੇ ਇੱਥੇ ਖਤਮ ਕਰੋ Hindu ਨੂੰ ਪੈਦਾ ਬੋਲ ਬਾ ਫੇਰ ਅਸੀਂ ਚੱਲ ਗਏ ਬਜੀਦ ਰਾਏ ਬਾ ਫੇਰ ਤਾਂ ਬਹੁਤ ਰੌਲਾ ਪਿਆ ਫੇਰ ਤਾਂ ਰੌਲਾ ਪੈ ਗਿਆ ਚਲੇ ਗਏ ਸਭ ਬਸ ਫੇਰ ਤਾਂ ਨਹੀਂ ਤੁਹਾਡੇ ਪਿੰਦੇ ਦੇ ਮੁਸਲਮਾਨਾਂ ਦਾ ਕੀ ਬਣਿਆ ਕੋਈ ਪਤਾ ਲੱਗਾ ਬਾਅਦ ਚ ਸਹੀ ਸਲਾਮਤ ਚੱਲ ਗਏ ਕਿ ਜਾਂ ਮਾਰੇ ਗਏ ਵਿਚਾਰੇ ਮਾਰੇ ਨਹੀਂ ਮੈਂ ਬਤਾ ਸਹੀ ਸਲਾਮਤ ਚੱਲ ਗਏ ਹਾਂ ਕਹਿੰਦੇ ਤੁਸੀਂ ਤਾਜਪੁਰ ਵਾਲੇ ਹਾਂ ਤਾਜਪੁਰ ਖੋਜਾਂ ਸਾਰੇ ਇੱਕ ਨਾ ਮਹਿਬੂਦ ਸਿਆਨੀਆਂ ਖੋਜਾਂ ਦਾ ਉਹ ਜਾ ਕੇ ਬਜੀਦ ਰਾਏ ਕੁਝ ਬੋਲਿਆ ਉਹਨਾਂ ਨੂੰ ਜਿਆਦਾ ਗੁੱਸਾ ਚੜ ਗਿਆ ਆਪ ਤਾਂ 도ੜ ਗਿਆ ਪਾਕਿਸਤਾਨ ਨੂੰ ਫੇ ਕਹਿ ਕੇ ਉਹ ਫੇ ਜਥਾ ਲੈ ਕੇ ਆ ਗਿਆ ਕਹਿੰਦੇ ਅਸੀਂ ਤਾਜਪੁਰਦਾ ਦਾ ਕੁੱਤਾ ਵੀ ਨਹੀਂ ਮੰਨਦਾ ਪਰ ਖੋਜਾਂ ਦਾ ਕੱਖ ਛੜਨਾ ਉਹ ਖੋਜਾਂ ਦਾ ਸੀਗਾ ਨਾ ਮੀਆਂ ਉਹ ਕੁਝ ਬੋਲ ਕੇ ਆ ਗਿਆ ਉਹਨਾਂ ਨੇ ਅੱਛਾ 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 ਫੇ ਤਾਂ ਬਹੁਤ ਰਲਾ ਪਿਆ ਮਾਰ ਫੇ ਮੁੰਡਿਆਂ ਸਾਡੇ ਮੁੰਡਿਆਂ ਨੇ ਗਾਣੇ ਬਣਾ ਲੈ ਹੈ ਕਿਹੜਾ ਗਾਣਾ ਸੁਣਾਓ ਕੋਈ ਜਿਹੜਾ ਬਣਾਇਆ ਉਹਨਾਂ ਨੇ ਲੱਖ ਲਾਸ਼ਾਂ ਪਈਆਂ ਦੇਖੀਆਂ ਨਾ ਗਈਆਂ ਦਿਲ ਘਬਰਾਇਆ ਦੇਖੋ ਕੈਸਾ ਜਮਾਨਾ ਹੈ ਆਇਆ ਇਹ ਆ ਇਹ ਇਦਾਂ ਇਦਾਂ ਬਣਾ ਲੈ ਲੋਕੀ ਗਾਉਂਦੇ ਹੁੰਦੇ ਸੀ ਨਾ ਸੀ ਆ ਵੀ ਮੁੰਡੇ ਗਾਉਂਦੇ ਸਾਰੇ ਭਰਾ ਜਬ ਹਾਂ ਮੁੰਡਿਆਂ ਨੇ ਬਣਾਏ ਥੇ ਗਾਣੇ ਜੀ 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 ਤੁਸੀਂ ਤਾਂ ਫਿਰ ਆਪਣੇ ਪਿਤਾ ਜੀ ਨੂੰ ਕਿਹਾ ਵੀ ਇਹਨੂੰ ਨਾਂ ਜਾਣ ਨਹੀਂ ਦੇਣਾ ਅਸੀਂ ਆਹੋ ਜਾਂ ਕਿਹਾ ਸੀ ਕਹਿੰਦੇ ਪੁੱਤੋ ਤੇ ਪਿਤਾ ਜੀ ਕਰਦੇ ਰੋਂਦੇ ਬਹੁਤ ਸੇਉਦੇ ਉਮਰਦੀਨ ਨੂਰਦੀਨ ਦੁੱਦਾ ਅਬਦ ਰਾਕ ਸਾਰੇ ਪਿਆਰ ਤੇ ਜੰਮਣ ਪੌਂਤੀ ਸਾਰਿਆਂ ਦੀ ਸੱਸ ਵੀ ਜੰਮਣ ਪਾਇ ਥੇ ਚਲੋ ਅੱਧੀ ਦੁਨੀਆ ਹੁੰਦੀ ਆਈ ਆ ਤੁਹਾਡੇ ਪਿੰਡ ਨੂੰ ਫਿਰ ਲੁੱਟ ਕੇ ਲੈ ਗਏ ਹੁਣੇ ਨੇੜਲੇ ਪਿੰਡ ਵਾਲੇ ਆ ਅੱਧੀ ਗੁੱਟ ਗੱਟ ਕੇ ਲਾ ਗਏ ਤੁਸੀਂ ਵੀ ਕਿੰਨੇ ਦਿਨਾਂ ਬਾਅਦ ਪਿੰਡ ਮੜੇ ਸੀ ਅਸੀਂ ਤਾਂ ਮਹੀਨਾ ਕਰਾ ਰਹੇ ਹਾਂ ਉੱਥੇ ਦਸਾਰ ਬਜੀ ਦਸਾਰੇ ਜਦੋਂ ਮੁੜ ਕੇ ਆਏ ਤੁਹਾਡੇ ਤਾਂ ਨਹੀਂ ਘਰ ਲੁੱਟਿਓ ਸੀ ਤੁਹਾਡੀ ਦੁਕਾਨ ਜਾਂ ਘਰ ਨਹੀਂ ਨਹੀਂ ਅਸੀਂ ਸਮਾਨ ਲੈ ਗਏ ਸੇ ਆਪਣੇ ਅੱਛਾ ਸਾਡੇ ਉਹੀ ਜਿਹੜੇ ਹਿੰਦੂ ਸਨ ਨਾ ਉੱਥੇ ਸਰਦਾਰ ਉਹ ਗੱਡੇ ਜੋੜ ਕੇ ਸਾਡਾ ਸਮਾਨ ਲੈ ਗਿਆ ਸੇ ਸਾਰਾ अच्छा 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 ਸਾਡੇ ਬਾਗ ਵਿੱਚ ਤਾਂ ਸੇਹ ਕੋਲ ਕੋਲ ਦੇ ਬਾਗਵੇ ਹੁੰਦੇ ਆ ਹਾਂ ਮੈਂ ਮੇਰੇ ਪਿਤਾ ਦੀ ਬਣੀ ਬਹੁਤ ਸੀ ਸਾਰਿਆਂ ਹਾਂ ਠੀਕ ਸਾਡੇ ਉਹਨਾਂ ਤਰਖਾਨਾਂ ਦੇ ਵਿੱਚ ਵੱਡੇ ਤੇ ਸਾਰਾ ਸਮਾਨ ਸਾਡਾ ਲਾਇਬ ਮੈਂ ਤਾਂ ਇੱਕ ਦਰੀ ਇੱਕ ਚਦਰ ਜੇ ਤਹਿ ਲਾ ਕੇ ਸਿਰ ਤੇ ਰੱਖ ਲਈ ਬਸ ਇਸ ਤਰ੍ਹਾਂ ਕਿ ਤੁਰ ਪਾ ਤੁਰ ਕੇ ਗਏ ਸੀ ਤੁਰ ਕੇ ਜਾਂਦੇ ਕਿਸੇ ਦੇ ਘਰ ਜਾ ਕੇ ਰਹੇ ਨਹੀਂ ਆਹ ਉਹਨਾਂ ਤਰਖਾਨਾਂ ਦੇ ਘਰ ਸੇ ਉੱਥੇ ਅੱਛਾ ਉਹਨਾਂ ਕੋਲ ਤਰਖਾਨ ਸਨ ਕੋਲ ਸਾਡੇ ਉਹਨਾਂ ਦਾ ਘਰ ਸਾਥੇ ਉਹਨਾਂ ਦੇ ਦਾ अच्छा 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 அப்பਿਆਂ ਗਾਇਆਂ ਵੀ ਲੈ ਗਿਆ ਉਹ ਜਦੋਂ ਫੇ ਮੁੜ ਕੇ ਆਏ ਮੁੜ ਕੇ ਠੀਕ ਠਾਕ ਸਗਾ ਤਾਂ ਫੇ ਸੇਲੀਆਂ ਨਹੀਂ ਲੱਭਣੀਆਂ ਸੀ ਫੇ ਉਹ ਕਿੱਥੇ ਲੱਭਣੀਆਂ ਸੀ ਉਹ ਤਾਂ ਗਈਆਂ ਉਹ ਤੇ ਕਿੰਨੇ ਚਰਵਾਦ ਫੇ ਬਾਬੂ ਖਾਂ ਆਇਆ ਉਹਨੂੰ ਬੁਲਾਇਆ ਪਿੰਡ ਦੇ ਆਨੇ ਦੇਖ ਦੇਖ ਤਾਂ ਆਪਿਆਂ ਨੂੰ ਕੁਛ ਕਹਵੇ ਨਾ ਕੋਈ ਉਹਨ ਫੇ ਬਹੁਤ ਗੱਲਾਂ ਕੀਤੀ ਆ ਕੇ ਫੇ ਮੇਰਾ ਪਤਾ ਕੀਤਾ ਸਾਰੀ ਗੱਲਾਂ ਕੀਤਿਆਂ ਫੇ ਉਹਨ ਜਾ ਕੇ ਦੱਸਿਆ ਉਹ ਕਹਿੰਦੇ ਹੈ ਸ਼ਕੁੰਤਲਾ ਨੂੰ ਮਿਲ ਕੇ ਆਏ ਆ ਇਹ ਕਹਿੰਦੇ ਹਾਂ ਸ਼ਕੁੰਤਲਾ ਤਾਂ ਪੰਤਰ ਦੇ ਘਰ ਵਾਲਾ ਦਾ ਡਾਕਟਰ ਆ ਇਹਨਾਂ ਦੇ ਪਿਤਾ ਜੀ ਨਾ ਦਾਦ ਸੀ ਮੇਰੇ ਘਰ ਵਾਲੇ ਅੱਛਾ ਹੈ ਬਹੁਤ ਅੱਛੇ ਕਰ ਡਾਕਟਰ ਜੀ ਕਹਿੰਦੇ ਹੈ ਤੇ ਲਗੜੋਏ ਦਾ ਸਬਾਬ ਕਾ ਮੇਰੇ ਸਹਰਿਆਂ ਦਾ ਉਹ ਫੇ ਉਹ ਲਗੜੋਏ ਵਾਲੇ ਨੇ ਦੇਖਿਆ ਸੀ ਵੀ ਇਹਨੂੰ ਕੋਈ ਕੁਝ ਕਵੇ ਨਾ ਕਿ ਜੁ ਮੈਂ ਬਾਰੀ ਪਰ ਲਿਜਾ ਦੇਤੇ ਬੰਦੇ ਨੇ ਬਿਲਕੁਲ ਬਿਲਕੁਲ ਉਹਨੂੰ ਫੇ ਬਹੁਤ ਉਹਨੂੰ ਜਾ ਕੇ ਦੱਸਿਆ ਕਹਿੰਦਾ ਸਾਰਿਆਂ ਹੀ ਦੇਖਣ ਹੈ ਅਸੀਂ ਉਹਨੂੰ ਖੁਦਾ ਦੇ ਹੰਦੇ ਸੀ ਉਹ ਤਾਂ ਬਹੁਤ ਕੁਲੀ ਚੰਗੀ ਸੀ ਸਾਰੇ ਕਹਿੰਦੇ ਖੁਸ਼ ਹੋ ਗਿਆ ਤੁਹਾਡੀ ਗੱਲਾਂ ਸੁਣ ਕੇ ਕੰਦ ਮੈਂ ਕਿਹਾ ਡਾਕਟਰ ਆ ਬੈਦਵਾ ਬੇ ਬਹੁਤ ਚੰਗੇ ਪੜੇ ਲਿਖਿਆ ਹੈਗੇ ਬਹੁਤ ਚੰਗੇ ਤੁਹਾਡੀ ਸ਼ਾਦੀ ਹੋਈ ਸੀ ਲੰਗੜੋਆ ਪਿੰਡ 'ਚ ਤੇ ਜਿਹੜਾ ਬਾਬੂ ਖਾਨ ਸੀ ਉਹ ਸਗਾ ਤਾਜਪੁਰ ਦਾ ਉਹਨੇ ਲੰਗੜੋਏ ਦੱਸਗਾ ਲੰਗੜੋਏ ਦਾ ਸੀਗਾ ਲੰਗੜੋਏ ਦੇ ਬੰਦੇ ਮੇਰਾ ਜੇਠ ਸੀਗਾ ਰਾਗੀ ਰਾਗ ਗਾਉਂਦਾ ਹੁੰਦਾ ਸੀ ਮੇਰੇ ਜੇਠ ਅੱਛਾ 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 ਫਿਰ ਦਾਨੇ ਦਾ ਜੇਠ ਇਹਨਾਂ ਦੀ ਕਿੰਨੇ ਬੰਦਿਆਂ 'ਚ ਬਣੀ ਸੀ ਉਹ ਕਹਿੰਦੇ ਚਲੋ ਕੋਲੇ ਘਰ ਖਾ ਕੇ ਆ ਕੇ ਬਾਬੂ ਖਾਨ ਨੂੰ ਬੁਲਾ ਲਿਆ ਪਹਿਲ ਤਾਂ ਕੱਲਾ ਆਇਆ ਦੂਜੀ ਵਾਰੀ ਆਪਣੀ ਜਨਾਨੀ ਨਾਲ ਲੈ ਕੇ ਆਇਆ ਅੱਛਾ ਅੱਛਾ ਉਹ ਅੱਛਾ ਬਾਬੂ ਖਾਂ ਲੰਗੜੋਏ ਦਾ ਸੀ ਹਾਂ ਉਹਨੇ ਫਿਰ ਉਹਨੂੰ ਇੱਕ ਵਾਰੀ ਫਿਰ ਨਹਿਰ ਪਰ ਮਾਰਨ ਲੱਗੇ ਸੀ ਕੋਈ ਹਿੰਦੂ ਸਰਦਾਰ ਇੱਥੇ ਮਿਲਣ ਆਏ ਨੂੰ ਆ ਮੈਂ ਨਾ ਆਏ ਨੂੰ ਅੱਛਾ ਫਿਰ ਇਹ ਡਰ ਗਏ ਫਿਰ ਜੀ ਮਾਤਾ ਸੀ ਫਸ ਜਾਣਾ ਇਹਨਾਂ ਦੀ ਜ਼ਿੰਮੇਵਾਰੀ ਸੀ ਬਸ ਦੋ ਵਾਰ ਆਇਆ ਫਿਰ ਨਹੀਂ ਆਇਆ ਤੁਹਾਡੇ ਪਤੀ ਬੈਦ ਸੀਗੇ ਕਾਫੀ ਮਸ਼ਹੂਰ ਹੋਰ ਬੈਦ ਸੀ ਉਹਨਾਂ ਦਾ ਕੋਈ ਪੱਕੀ ਜੀ ਉਹਨਾਂ ਦੇ ਸਾਹਮਣੇ ਦੁਕਾਨ ਸੀ ਅੱਛਾ ਲਗੜੋਈ ਚ ਹਾਂ ਉਹਨਾਂ ਨੇ ਇੰਥੇ ਨਮਿਸ਼ਾਲ ਸੀਗਾ ਪ੍ਰਸ਼ੋਤਨ ਤਤ ਬੈਦ ਸੁਣਿਆ ਹੁਣ ਨਹੀਂ ਸੁਣਿਆ ਉਹ ਤੇ ਪੜੇ ਸੀ ਥੋੜਾ ਜਿਹਾ ਫਿਰ ਇਹਨਾਂ ਨੇ ਇੰਸਾਨ ਦਿੱਤੇ ਜਲੰਧਰ ਦਿੱਲੀ ਅੰਮ੍ਰਿਤਸਰ ਹਾਂ ਪਹਿਲਾਂ ਨੇ ਰਾਗ ਸਿੱਖਿਆ ਤੇ ਦੋਵਾਂ ਪਾਸ ਹੋ ਗਏ ਫਿਰ ਕਹਿੰਦੇ ਸਵਾ ਤੇ ਮੇਰਾ ਤਾਂ ਗਾਉਣ ਜੀ ਨਹੀਂ ਕਰਦਾ ਤੁਸੀਂ ਗੱਲ ਸੁਣਾਉਂਦੇ ਸੀ ਕਿ ਕਾਹਮੇ 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 ਨੂਰਦੀਨ ਵੀ ਆਇਆ ਸੀਗਾ ਉਹਦੇ ਘਰ ਵਾਲੀ ਕਰਮੀ ਸੀ ਅੱਛਾ ਕਰਮੀ ਉਹਦੇ ਘਰ ਵਾਲੀ ਸੀ ਉਹ ਚਲ ਗਿਆ ਪਾਕਿਸਤਾਨ ਨੂੰ ਪਾਕਤਾਂ ਤੇ ਸਾਰੇ ਚਲਗਣੇ ਜਾਣਾ ਤੇ ਪਰ ਕਾਮੇ ਵਾਲਿਆਂ ਨੂੰ ਰੱਖ ਲਿਆ ਹਾਂ ਉਹ ਤੇ ਕੇ ਨੂੰ ਰੱਖ ਲਿਆ ਸਾਨੂੰ ਮਗਰੋਂ ਦੱਸ ਕੇ ਥੋੜੇ ਚਿਰੇ ਮਗਰੋਂ ਤੇ ਫਿਰ ਪੂਰੀ ਕਹਾਣੀ ਸੁਣਾਓ ਕਿੱਦਾਂ ਆਇਆ ਕਿੱਦਾਂ ਰੋਂਦਾ ਸੀ ਤੁਸੀਂ ਦੱਸ ਰਹੇ ਸੀ ਪੂਰੀ ਯਾਨੀ ਖੜਾ ਸਰ ਰੋਂਦਾ ਸੀਗਾ ਉਹ ਕਹਿੰਦਾ ਤੇਹੀ ਮੇਰੀ ਮੈਂ ਕਿਹਾ ਬਾਬਾ ਜੀ ਕੀ ਗੱਲ ਤੇ ਸੀ ਰੋਣੇ ਤੁਸੀਂ ਪਛਾਣ ਲਿਆ ਸੀਗਾ ਕਿ ਉਹਦਾ ਨਹੀਂ ਨਹੀਂ ਮੈਨੂੰ ਕੀ ਪਛਾਣ ਨਹੀਂ ਨਹੀਂ ਉਹ ਦਿਨ ਦੇਖਣਾ ਚਾਹੀਏ ਦੇਖੋ ਮੈਂ ਕਿਹਾ ਬਾਬਾ ਖੜਾ ਰੋਂਦਾ ਆ ਮੈਂ ਪੁੱਛਿਆ ਕਿ ਤੇ ਬਾਬਾ ਤੇ ਕੌਣ ਵਾ ਕਹਿੰਦਾ ਮੈਂ ਨੂਰ ਜੀ ਦਾ ਸੋਰਾ ਕਹਿੰਦਾ ਤੇ ਮੇਂ ਲੜ ਕੇ ਦੀ ਗਈ ਸੀ ਉਹਨਾਂ ਨੇ ਚੋਟੀ ਦਿੱਤੀ ਸੀ ਮੈਂ ਕਹਿੰਦੀ ਕਿਸੇ ਦੇ ਘਰ ਹੋਊਗੀ ਤਾਂ ਅਸੀਂ ਲੈ ਆਵਾਂਗੇ ਕਹਿੰਦੇ ਅੱਛਾ ਬਸ ਫੇ ਕਹਿੰਦਾ ਸਾਡੇ ਹੱਕੇ ਪਾਂਦਰ ਤੇ ਸਾਡੇ 9 ਵੀ ਬਦਲ ਦਿੱਤੇ ਜਾਂ ਹਲਤੇ ਅਸੀਂ ਬੈਠੇ ਆ ਪਰ ਥੋੜੇ ਜਣ ਪਤਾ ਲੱਗ ਗਿਆ ਫਿਰ ਮਿਲਟਰੀ ਲੈ ਗਈ ਉਹਨਾਂ ਨੇ ਅੱਛਾ ਹਾਂ ਲੈ ਗਈ ਸੀ ਮਿਲਟ ਇਹ ਨੂਰਦੀਨ ਹੋਣੀ ਵੀ ਗੁੱਜਰ ਸੀ ਜਾਂ ਜੱਟ ਸੀਗੇ ਗੁੱਜਰ ਦੇ ਸੀ ਅੱਛਾ 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 ਇਹ ਐ ਰਾਈ ਗੁੱਜਰ ਸੀਗੇ ਜਾਂ ਰਾਈ ਜਾਂ ਗੁੱਜਰ ਹੀ ਸੀ ਇੱਥੇ ਅੱਛਾ 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 ਹੋਰ ਕੋਈ ਗੱਲ ਯਾਦ ਕਰੋ ਤਾਂ ਪੁਰਾਣੇ ਸਮਿਆਂ ਦੀ ਬੱਸ ਹੁਣ ਕਹਿੰਦੀਆਂ ਜਾਦ ਆਉਣੀਆਂ ਕਦੀ ਲੜੀਆਂ ਵੀ ਸੀਗੀਆਂ ਸਹੇਲੀਆਂ ਨਿੱਕੀਆਂ ਹੁੰਦੀਆਂ ਤੁਸੀਂ ਨਾ ਨਾ ਪਤਾ ਨਹੀਂ ਅਸੀਂ ਲੰਨ ਦਾ ਕਿੱਦਾਂ ਲੜੀਦਾ ਹਾਂ ਫਿਰ ਨਕਾਬ ਪਾਣੇ ਇਹਨਾਂ ਦੇ ਰਾਤ ਨੂੰ ਅਸੀਂ ਨਕਾਬ ਦੇਖਣ ਜਾਣਾ ਅੱਛਾ ਐਦਾਂ ਐਦਾਂ ਲੜਕੀਆਂ ਬੈਠਣਾ ਐਦਾਂ ਮੁੰਡੇ ਨੇ ਬੈਠਣਾ ਮੌਲਵੀ ਦੇ ਵਿੱਚ ਘੁੰਮੀ ਜਾਣਾ ਅੰਨਾ ਕਹਾਣਾ ਕਬੂਲ ਉਹਨੇ ਕਹਾਣਾ ਕਬੂਲ ਅੱਛਾ ਹਾਂ ਨਕਾਬ ਪਾੜਦੇ ਸੀ ਇਹਨਾਂ ਦੇ ਹਾਂ ਜਦੋਂ ਈਦ ਹੁੰਦੀ ਹੋਣੀ ਆ ਬੜੀਆਂ ਰੌਣਕਾਂ ਲੱਗਦੀਆਂ ਸੀ ਅਸੀਂ ਅਸੀਂ ਦੇ ਕੱਪੜੇ ਨਵੇਂ ਨਵੇਂ ਪਾਉਣੇ ਇਹ ਪਾਣੀ ਸਤਾਰਿਆਂ ਵਾਲੇ ਉਹਨਾਂ ਦੇ ਦੁਪੱਟੇ ਦਾਏ ਹੋਣੇ ਜਦ ਐ ਖਾਣ ਦਾ ਚੰਨ ਚੰਨ ਹੋਣੀ ਇਹ ਚਾਂਦੀ ਬਹੁਤ ਪਾਉਂਦੀਆਂ ਸੀ ਮੁਸਲਮਾਨੀਆਂ ਹਾਂ ਕੰਗਣੀਆਂ ਅੜੇ ਪਰਿਬੰਧ ਜੜੀ ਬੰਧ ਐਦਾਂ ਦੇ ਹੁੰਦੇ ਸੀ ਇਹਨਾਂ ਦੇ ਹਾਂ ਠੀਕ ਠੀਕ ਪਰ ਸਾਡਾ ਪਿਆਰ ਬਹੁਤ ਸਿਆ ਉਹ ਜਿਹੜੀ ਤੁਹਾਡੀ ਸਹੇਲੀ ਸੀ ਜਿਹਦਾ ਤੁਸੀਂ ਨਾਂ ਲੈਨੇ ਆ ਕੀ ਨਾਂ ਸੀ ਐਮਨਾ 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 ਸੀ ਉਮਰਦੀਨ ਦੀ ਕੁੜੀ ਉਮਰਦੀਨ ਦੀ ਕੁੜੀ ਉਹਦਾ ਛੋਟਾ ਭਰਾ ਸੀ ਜੀ ਜਜ਼ੀਜ਼ ਉਹਦਾ ਭਰਾ ਸੀ ਠੀਕ ਹਾਂ ਠੀਕ ਆ ਆਪਾਂ ਇਹਨੂੰ ਲੱਭਣਾ ਹਨ ਜੀ ਕਰਮ ਤੇ ਆਦਮ ਤੇ ਸੋਦੀ ਪੂਆ ਉਹ ਵੀ ਵਿੱਚੇ ਵਿਆਹੀ ਸੀ ਅੱਛਾ ਹਰੀਨਬਖਸ ਗਾਉ ਦਾ ਮਾਮਾ ਐਮਨਾ ਦਾ ਉਹ ਸਾਡੇ ਦੁੱਧ ਟੋਂਦਾ ਸੀ ਜਦ ਦੁੱਧ ਇਕੱਠਾ ਕਰੀ ਪੀਤੰਦੇ ਨਾ ਉਹਨਾਂ ਫਿਰ ਰੋਹ ਹਲਵਾਈਆਂ ਦਿਆਂਗਾ ਹਰੀਨਬਖਸ ਗਾਉ ਦਾ ਨਾਂ ਠੀਕ ਹੈ ਤੇ ਜਦੋਂ ਫਿਰ ਕੈਂਪ ਲੱਗ ਗਿਆ ਸੀਗਾ ਰਾਹੋਂ ਹੂੰ ਤੇ ਇਹ ਵੀ ਰਾਤ ਨੂੰ ਆਟਾ ਤੁਹਾਡੇ ਆਹੋ ਆਟਾ ਕੀ ਜਾਣਾ ਲੈ ਜਾਣਾ अच्छा अच्छा एक वारी किसी ने दस्त चार मुसलमान ਸਾਡੇ ਅੰਦਰ ਬੈਠੇ ਉਹ ਜਗਤੇ ਉਹਨਾਂ ਦੇ ਮੰਤਰਖਾਨਾ ਦੇ ਕਿਸੇ ਨੇ ਦੱਤ ਉਹਨਾਂ ਦੇ ਚਾਰ ਮੁਸਲਮਾਨ ਬੈਠੇ ਆ ਤੇ ਬਾਹਰ ਖੜਾ ਥਾ ਨਾ ਬਜ਼ੁਰਗ ਉਹ ਕਹਿੰਦੇ ਸਾਡੇ ਦੇ ਮੁਸਲਮਾਨ ਬੈਠੇ ਆ ਉਹ ਕਹਿੰਦੇ RAMNAJ ਜਾਓ ਅਸੀਂ ਪਾਗਦਾ ਸੀ ਮੁਸਲਮਾਨ ਬਿਠਾਉਣੇ ਕੈਂਪ ਲੱਗ ਗਿਆ ਸਭ ਉੱਥੇ ਗਏ ਆ ਉਹਨਾਂ ਨੂੰ ਪਿੱਛੇ ਤੇ ਡਰਾਤਾ ਕੋਠੇ ਪੱਤਾ ਦੌਰ ਜਾਓ ਸਾਨੂੰ ਫੜਕੜ ਹੋ ਜਾਣੀ ਆ ਇਹ ਜਿਹੜੇ ਤੁਹਾਡੇ ਨੇੜੇ ਸਿਗੇ ਚੱਕੀ ਵਾਲੇ ਇਹਨਾਂ ਦੇ ਕੀ ਨਾਂ ਕੀ ਸੀ ਇਹਨਾਂ ਦੇ ਇਹਨਾਂ ਦਾ ਜਾਗਤਾ ਭਗਤਾ ਦੋਏ ਭਰਾ ਸੀਗੇ ਤਾਂ ਕਰਤਾਰਾ ਪੂਰਨ ਲਸ਼ਮਣ ਇਹ ਤਰ੍ਹਾਂ ਖਾਨ ਸੀਗੇ ਇਹਨਾਂ ਚ ਕੋਈ ਹੁਣ ਬਜ਼ੁਰਗ ਹੈਗਾ ਹੁਣ ਇੱਕ ਅੱਧਾ ਨਾ ਕੋਈ ਨਹੀਂ ਬੀਬੀ ਜੀ ਹੁਣ ਆਪਣੀ ਨਾ ਸਹੇਲੀ ਨੂੰ ਸੁਨੇਹਾ ਦੇ ਦੋ ਕੋਈ ਉਹ ਲਾ ਪੈਣੀ ਆ ਹਾਂ ਬਹੁਤ دوست ਸਹੇਲੀਆਂ ਸੁਗਰਾ ਸਲਾਮ ਤੇ ਗੜਾ ਤੇ ਲੀਆਂ ਸੀ ਉਹ ਤੋਂ ਥੋੜੀ ਜਿਹੀ ਵਿਆਹ ਵੀ ਉਹਨਾਂ ਦੇ ਹੋ ਗਿਆ ਤੇ ਉਹ ਥੋੜਾ ਜਿਹਾ ਤਰਲਾ ਹੋਇਆ ਜੀ ਉਹਨਾਂ ਦਾ ਵਿਆਹ ਕਿ ਛੋਟਛੜੀਆਂ ਵਿਆਹ ਹੁੰਦੇ ਸੀ ਨਾ ਜੀ 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 ਇਹ ਮੁਸਲਮਾਨ ਬੜੀਆਂ ਦਸੀ ਬਹੁਤ ਹੀ ਕਰਦੇ ਹਾਂ ਤੁਹਾਡੇ ਪਿੰਡ ਦਾ ਨੰਬਰਦਾਰ ਤੁਹਾਨੂੰ ਯਾਦ ਨਹੀਂ ਹੋਣਾ ਕਿ ਨੰਬਰਦਾਰ ਕਾਕਾ ਸਾਹ ਸੜ ਪਿੰਡ ਦਾ ਉਹ ਇੱਕ ਵਾਰੀ ਕਹਿੰਦੇ ਹੱਸਣ ਕਹਿੰਦੇ ਠਾਨਦਾਰ ਆ ਠਾਨਦਾਰ ਕਹਿੰਦਾ ਨੰਬਰਦਾਰ ਬਣ ਗਿਆ ਤੇਰੇ ਨਾਲ ਕਾਕਾ ਆਈਆ ਬਾਈ ਨੰਬਰਦਾਰ ਮੁਸਲਮਾਨ ਕਾਕਾ ਸਾਹ ਦਾ ਤਾਤਾ ਅੱਛਾ 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 ਵਾਹ ਜੀ ਵਾਹ ਹਾਂ ਇੱਕ ਉਹ ਨੰਬਰਦਾਰ ਸੀ ਇਕ ਵਾਰ ਤੜਾਪੇੜ ਛੋਟਾ ਹੀ ਹੋਣਾ ਮੈਨੂੰ ਲੱਗਦਾ। ਨੇ ਚੰਗਾ ਸੀਗਾ ਠੀਕ ਹੈ ਸੀਗਾ। ਬਹੁਤ ਵੱਡਾ ਨਾ ਸੀ। ਖੋਜੇ ਵੀ ਖੋਜੇ ਤਾਦ ਪਰ ਖੋਜੇ ਮੀਆਂ ਸੀਗੇ ਜ਼ਿਆਦਾ। ਅੱਛਾ ਜਦੋਂ ਤੁਸੀਂ ਤਕੀਏ ਦੇ ਵਿੱਚ ਹਿੰਦੂ ਵੀ ਚਲ ਜਾਂਦੇ ਸੀ ਜਾ ਕੇ ਬਹਿੰਦੇ ਸੀ। ਹੋਰ ਸਾਰੇ ਬਹਿ ਜਾਂਦੇ ਸੀ। ਤੁਸੀਂ ਤੁਸੀਂ ਕੋਲ ਨਸੀਤ ਬੰਨ ਹ ਮਤਲਬ ਮੰਨਣਾ। ਲੋਟੇ ਰੱਖੇ ਹੁੰਦੇ ਸੀ ਵਿੱਚ ਆਹ ਮਿੱਟੀ ਦੇ ਹਲ ਚੱਕਰੀਆਂ ਮਾ ਸਰ ਵਿੱਚ ਲੋਟੇ ਲੋਟੇ ਹੁਣੇ ਨਸੀਤ ਦੇ। ਅੱਛਾ ਤੁਹਾਡੇ ਪਿੰਡ ਦਾ ਕੋਈ ਨਹੀਂ ਮਿਲਣ ਆਇਆ ਮੁੜ ਕੇ ਨਾ। ਸਾਰੇ ਪਿੰਡਾਂ ਨਹੀਂ ਆਇਆ ਜੀ ਆਇਓ ਕੀ ਪਤਾ ਮੈਂ ਤੁਹਾਨੂੰ ਡਗੜੋਇਆ ਸੀ ਹਾਂ ਇਹ ਵੀ ਗੱਲ ਹੈ ਹਾਂ ਜੀ ਇਹ ਵੀ ਗੱਲ ਹੈ ਚਲੋ ਬੀਬੀ ਜੀ ਆਪਣੀ ਸੇਲੀ ਲੁਧਿਆਣੇ ਲੁਧਿਆਣੇ ਸਾਡੇ ਵਿਆਹ ਖਾਣ ਆਈਆਂ ਕੁੜੀਆਂ ਉਹ ਵੀ ਇਦਾਂ ਦੇ ਗੀਤ ਗਾਉਂਦੀਆਂ ਬਹੁਤ ਸੋਹਣੇ ਜਾਨ ਮੁਸਲਮਾਨਾਂ ਦੇ ਜਿਹੜੇ ਜਿਹੜੇ ਵਿਆਹ ਖਾਣ ਆਈਆਂ ਸੀ ਛੋਟ-ਛੋਟੀਆਂ ਥੀਆਂ ਸੀ ਉਹ ਸੁਣਾਉਗਾ ਉਹ ਗਾਣਾ ਮੈਂ ਦੇਨਾ ਪਿਆ ਕਰ ਚਲ ਮਤ ਮਾਖਵੇ ਦੀ ਬੇਨਾ ਪਿਆ ਕਰ ਉਹ ਕਹਿੰਦਾ ਕਿ ਲੈ ਮਤ ਮਾਖ ਵੇ ਦੀ ਪੀਣੀਆ ਉਹ ਕਹਿੰਦੇ ਜੇ ਤੂੰ ਚੇ ਲੈ ਮਤ ਮਾਖ ਵੇ ਦੀ ਪੀਣੀਆ ਮੈਂ ਵੀ ਚੁੱਲ੍ਹੇ ਵਾਲੀ ਮੈਂ ਵੀ ਚੁੱਲ੍ਹੇ ਵਾਲੀ ਆਗ ਬਜਾ ਦਊਂਗੀ ਬੈਠਾ ਰੋਈ ਜਾਈ ਬੈਠਾ ਰੋਈ ਜਾਈ ਬਗਤ ਦਿਆੜਿਆਂ ਨੂੰ ਬੈਠਾ ਰੋਈ ਜਾਈ ਉਹ ਕਹਿੰਦਾ ਜੇ ਤੂੰ ਚੁੱਲ੍ਹੇ ਵਾਲੀ ਆਗ ਬਜਾ ਦਊਂਗੀ ਮੈਂ ਵੀ ਜੰਗਲਾਂ ਚ ਛਾਵਾ ਮੈਲੀ ਜੰਗਲਾਂ ਚ ਤੂੰ ਐ ਮਚਾ ਦਊਂਗਾ ਬੈਠੀ ਰੋਈ ਜਾਈ ਉਹ ਕਾਂਦੀ ਜੇ ਤੀ ਜੰਗਲਾਂ ਚ ਤੂੰ ਐ ਮਚਾ ਦਊਂਗਾ ਮੈਂ ਵੀ ਬਦਲੀ ਛਾਵਾਂ ਮੈਂ ਵੀ ਬਦਲੀ ਬਨ ਕੇ ਬਰਸੂਂਗੀ ਬੈਠਾ ਰੋਈ ਜਾਈ ਬੈਠਾ ਰੋਈ ਜਾਈ ਬਾਖਤ ਦਿਹਾੜਿਆਂ ਨੂੰ ਬੈਠਾ ਰੋਈ ਜਾਈ ਕਹਿੰਦਾ ਜੇ ਉਹ ਕਹਿੰਦਾ ਜੇ ਤੂੰ ਬਦਲੀ ਬਣ ਕੇ ਬਰਸੂਗੀ ਮੈਂ ਵੀ ਜੰਗਲਾਂ 'ਚ ਛਾਵਾ ਮੈਂ ਵੀ ਜੰਗਲਾਂ 'ਚ ਤੰਬੂਏ ਗੱਡ ਲਊਂਗਾ ਬੈਠੀ ਰੋਈ ਜਾਈ ਬੈਠੀ ਰੋਈ ਜਾਈ ਬਕਟ ਦੀਵਾਰਿਆਂ ਨੂੰ ਬੈਠੀ ਰੋਈ ਜਾਈ ਉਹ ਕਹਿੰਦੀ ਜੇ ਤੂੰ ਜੰਗਲਾਂ 'ਚ ਤੰਬੂਏ ਗੱਡ ਲਊਂਗਾ ਮੈਂ ਵੀ ਸੱਪਣੀ ਸਾਵਾਂ ਨਦੀ ਸੱਪਣੀ ਬਾਣ ਡੰਗ ਮਾਰੂੰਗੀ ਬੈਠਾ ਰੋਈ ਜਾਈਓ ਕਹਿੰਦਾ ਉਹ ਕਹਿੰਦਾ ਜੇ ਤੂੰ ਸੱਪਣੀ ਬਾਣ ਡੰਗ ਮਾਰੂੰਗੀ ਨਦੀ ਜੋਗੀ ਵਾਲੀ ਨਦੀ ਜੋਗੀ ਵਾਲੀ ਦੀਨ ਬਜਾ ਦਊਂਗਾ ਬੈਠੀ ਸੁਣੀ ਜਾਈਓ ਉਹ ਕਹਿੰਦੀ ਜੇ ਤੂੰ ਜੋਗੀ ਵਾਲੀ ਦੀਨ ਬਜਾ ਦਊਂਗਾ ਮੈਂ ਵੀ ਲੋਹਰ ਵਾਲੀ ਸਾਵਾਂ ਮੈਂ ਬਿਦਹਾਰ ਬਾਲੀ ਚਲ ਮਮਗਾ ਦਉਗੀ ਬੈਠਾ ਪੀ ਜਾਈ ਬੈਠਾ ਪੀ ਜਾਈ ਮੋਜ ਬਹਾਰਾਂ ਨ ਬੈਠਾ ਪੀ ਜਾਈ ਬੇਟਾ ਜਨਾਨੀ ਹਾਰਦੀ ਆ ਵਾਹ ਜੀ ਵਾਹ ਥੋੜੇ ਕਹਿੰਦੇ ਬੰਦਾ ਨਹੀਂ ਹਾਰਦਾ ਜਨਾਨੀ ਹਾਰਦੀ ਆ ਹੈ ਕਮਾਲ ਇਹ ਉਹਨਾਂ ਮੁਸਲਮਾਨੀਆਂ ਕੁੜੀਆਂ ਨੇ ਗਾਇਆ ਸੀਗਾ ਤੂੰ ਤੁਹਾਡੀ ਲੁਧਿਆਣੇ ਤੇ ਆਈਆਂ ਸੀ ਤੂੰ ਤੁਹਾਡੀ ਉਮਰ ਉਦੋਂ 8-9 ਸਾਲ ਸੀਗੀ 9 ਸਾਲ ਦੀ ਪਰ ਤੈਨੂੰ ਯਾਦ ਆ ਠੀਕ ਹੈ ਯਾਦ ਕਿ ਮੈਨੂੰ ਬਹੁਤ ਮੈਂ ਵਿੱਚ ਕਹਿੰਦੇ ਜੇ ਤੁਸੀਂ ਪੜ੍ਹੇ ਹੁੰਦੇ ਨਾ ਵਾਕਈ ਵਾਕਈ ਕਿ ਮੇਰੇ ਚਾਚਾ ਜੀ ਕਹਿੰਦੇ ਦੇਰ ਨੂੰ ਵਾਲੇ ਤੇਜਾ ਜੀ ਮਾਮਾ ਤੇ ਬੇਟਾ ਨਾ ਪਿੰਡ ਤੇ ਰਹਿ ਕੇ ਜਿੰਦਗੀ ਖਰਾਬ ਕਰ ਤੱਕ ਦੇਰ ਨੂੰ ਮੇਰੇ ਕੋਲ ਪੜ ਮੈਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਜਿੰਨੇ ਪੈਸੇ ਆਇਆ ਕਰਨੇ ਜਮੀਨ ਦੇ ਵਿੱਚੋਂ ਮੈਂ ਕਿਹਾ ਪਿਤਾ ਜੀ ਮਾਂ ਵੀ ਨਹੀਂ ਛੱਡਦੇ ਹੁਣ ਛੱਡੇ ਹੀ ਆ ਆਹ ਵਲ ਟਾਈਮ ਦਾ ਕੋਈ ਪਤਾ ਨਹੀਂ ਹੈ ਫਿਰ ਉਹ ਕੁੜੀਆਂ ਨੇ ਇੱਕ ਗਾਣਾ ਹੋਰ ਸ਼ੁਰੂ ਕੀਤਾ ਉਹ ਮੈਨੂੰ ਆਇਆ ਹੀ ਨਹੀਂ ਬਸ ਮਾਲ ਸ਼ੁਰੂ ਕੀਤਾ ਕਿਦਾਂ ਜੀ ਕਹਿੰਦੀਆਂ ਅੱਲਾ ਘਰ ਬਦੇਲੀ ਦੀ ਛਾਂ ਮੇਰੇ ਦਿਲ ਜਾਨੀ ਨੂੰ ਕਰੋ ਪੁਖਾ ਨਾ ਤੋਰੀ ਨੇਰੀ ਮਾਂ ਮੇਰੇ ਦਿਲ ਜਾਨੀ ਨੂੰ ਸ਼ਹਿਰ ਪੂਰੀ ਮੰਗਾ ਦੇ ਮੇਰੀ ਮਾਂ ਮੇਰੇ ਦਿਲ ਜਾਨੀ ਨੂੰ ਕਰੋ ਪਿਆਸਾ ਨਾ ਤੋਰੀ ਨੇ ਓਏ ਦਰਗਾਹਾਂ ਵਾਹ ਜੀ ਵਾਹ ਇਹਦਾ ਮਤਲਬ ਜਦੋਂ ਵਿਆਹ ਹੁੰਦੇ ਸੀਗੇ ਤੁਸੀਂ ਵੀ ਸ਼ਾਮਲ ਹੁੰਦੇ ਸੀਗੇ ਵਿਆਹ ਜਾਂਦੀਆਂ ਸੀ ਅਸੀਂ 7 ਦਿਨ ਪਹਿਲਾਂ ਨੇ ਮਹਿੰਦੀ ਲੱਗਦੀ ਸੀ ਅੱਛਾ ਵਿਆਹ ਅਸੀਂ ਫਿਰ ਮਹਿੰਦੀ ਲਾਉਣ ਜਾਵਾਂ ਮੈਂ ਵੀ ਬੀਜਣ ਮੈਂ ਚਲੀ ਕੋਈ ਸੱਠਾਂ ਸਹੇਲੀਆਂ ਨਾਲ ਮਹਿੰਦੀ ਵੀ ਜਾਾਂਗੇ ਇਦਾਂ ਤੇ ਗਾਣੇ ਗਾਣੇ ਆ ਵਾਹ ਇਹ ਮਸਲ ਨਹੀਂ ਪੜਿਆ ਸਾਡੇ ਗਾਣ ਬਜਾਣਾ ਤਾਂ ਕਰਨਾ ਨਾ ਕੋਲੇ ਤੁਸੀਂ ਕਿੰਨੀਆਂ ਕੁੜੀਆਂ ਦੇ ਵਿਆਹ ਦੇਖੇ ਹੋਣਗੇ ਕੁੜੀਆਂ ਦੇ ਮੁੰਡਿਆਂ ਦੇ ਪਤਨ ਯਾਦ ਨਹੀਂ ਬਸ ਥੋੜਾ ਚਿਰ ਕਾਨੂੰਨਾਂ ਦੇ ਨਾਂ ਜਿੱਤੇ ਜਿਨ੍ਹਾਂ ਦੇ ਵਿਆਹ ਵੇਖੇ ਨਹੀਂ ਨਾਂ ਨਹੀਂ ਪਤਾ ਯਾਦ ਆ ਜਿਹੜੇ ਗਾਣੇ ਸੁਣੇ ਤੁਸੀਂ ਕਿਹਦੇ ਵਿਆਹ ਚ ਸੁਣੇ ਸੀ ਇਹ ਤਾਂ ਲੁਧਿਆਣੇ ਤੇ ਕੁੜੀਆਂ ਆਈਆਂ ਸੀ ਸਾਡੇ ਜਲਾਹੇ ਸੀ ਮੁਸਲਮਾਨ ਅੱਛਾ ਜੀ ਉਹ ਜਲਾਹੇ ਤਾਂ ਮੈਨੂੰ ਨਾਂ ਪੜ ਗਿਆ ਉਹਨਾਂ ਦੇ ਘਰ ਆਈਆਂ ਸੀ ਗੌਣ ਉਹ ਦੇਖ ਲੈ ਫੇ ਜਨਾਨੀ ਹਾਰ ਜਾਂਦੀ ਹੈ ਕਹਿੰਦੀ ਉਹ ਹਾਰ ਵਾਲੀ ਚਲ ਮੰਗਾ ਲੈਂਦੀ ਹੈ ਇਹ ਜਨਾਨੀ ਹਾਰ ਜਾਂਦੀ ਆ ਉਹ 75 ਸਾਲ ਪਹਿਲਾਂ ਦੀ ਗੱਲ ਆ ਹੁਣ ਨਹੀਂ ਹਾਰਦੀ ਹੈ ਹੁਣ ਨਹੀਂ ਹਾਰਦੀ ਨਹੀਂ ਬੇਟਾ ਹਾਰਨਾ ਚਾਹੀਦਾ ਅਸੀਂ ਤਾਂ ਦੇਖੋ ਮੈਂ ਤੁਹਾਨੂੰ ਦੱਸਾਂ ਸਾਡਾ ਪੇ ਬਜ਼ੁਰਗ ਆਂਦਾ ਥਾ ਨਾ ਅਸੀਂ ਜਮੰਜੇ ਪਰ ਬੈਠੇ ਥੋੜੇ ਉੱਤਰ ਕੇ ਬਹਿ ਜਾਣਾ ਜੀ ਨਹੀਂ ਉਹ ਤਾਂ ਠੀਕ ਹੈ ਅਸੀਂ ਸੁਣਿਆ ਇੱਥੇ ਨਵੇਂ ਸ਼ਹਿਰ ਇਹਨਾਂ ਦਾ ਆਸਤਾਬ ਸੀਗਾ ਰੋਸ਼ਨਦਾਲ ਦਾ ਆਗੀ ਨਵੇਂ ਸ਼ਹਿਰ ਤਾਂ ਉਹ ਆ ਗਿਆ ਸੀ ਉਹਨਾਂ ਦੇ ਘਰ ਗਏ ਉਹ ਆਇਆ ਮੈਂ ਦੋ ਅਸਰ ਮੰਜੇ ਥੋੜੇ ਉੱਤਰ ਕੇ ਬਹਿ ਗਏ ਵਾਹ ਉਹ ਕਹਿੰਦਾ ਭਈ ਦੱਸ ਬਹੂ ਥੋੜੇ ਉੱਤਰ ਕੇ ਬਹਿ ਗਈ ਚੰਦੀ ਤੰਗ ਚਾਚੀ ਤੁਹਾਨੂੰ ਦੇ ਕੇ ਚਾਚੀ ਥੱਲੇ ਉੱਤਰ ਕੇ ਬਹਿ ਗਾ ਦੰਦਲੇ ਹੁਣ ਕੌਣ ਦੰਦਦਾ ਤਾਂ ਬਾਜੀ ਜਾਂ ਬਹਿ ਗਈ ਯਾ ਘੁੰਗੜੀ ਕੱਢਦੇ ਸੀ ਅਸੀਂ ਜੀ ਜੀ ਹਾਂ ਤਾਂ ਕਹਿੰਦੇ ਪਿੱਤਾ ਜੇ ਤੁਸੀਂ ਬਹਿ ਗਏ ਤੇ ਕਹਿੰਦੇ ਤੇਰੀ ਚਾਚੀ ਨੇ ਟੋਆ ਪੱਟ ਲੈਣਾ ਮਮਖਾਦੀ ਬਹੁਤ ਸੀ ਅੱਛਾ ਅੱਛਾ ਕਦ ਫਿਰ ਤੇਰੀ ਚਾਚੀ ਨੇ ਟੋਆ ਪੱਟ ਲਿਆ ਵਾਹ ਜੀ ਵਾਹ ਵਾਹ ਜੀ ਵਾਹ ਹਾਂ ਬਹੁਤ ਜਨ ਪਿਆਰ ਬੜੇ ਸੀ ਬੇਟਾ ਅਗੇ ਕਮਾਲ ਹੈ ਜੀ ਮੈਂ ਤੁਹਾਨੂੰ ਦੱਸਾਂ ਪਰ ਇਹ ਗੱਲ ਪਿਆਰ ਨਾਲ ਅਖੇ ਬੜੇ ਪਿਆਰ ਸੇ ਜਿੰਨਾ ਸਭ ਸੇ ਦੁਨੀਆਂ ਦੇ ਇਨਸਾਨ ਦੇ ਨਾ ਜਾਣੇ ਕਿਸ ਭੇਸ ਵਿੱਚ ਬਾਬਾ ਮਿਲ ਜਾਏ ਭਗਵਾਨ ਵਾਹ ਦੇਖੋ ਖਾਣਾ ਆਪਣਾ ਆਪਣਾ ਕਮਾਉਣਾ ਆਪਣਾ ਆਪਣਾ ਸਿਰ ਪਿਆਰ ਲੱਖੋ ਆਪਣੇ ਵਾਹ ਠੀਕ ਹੈ ਨਾ ਪੁੱਤ ਹਾਂ ਪਿਆਰ ਰਹਿਣਾ ਚਾਹੀਦਾ ਅੱਜ ਬੈਦ ਬੋਲ ਕਰਕੇ ਕੀ ਕਬੰਦਾ ਕੁਛ ਨਹੀਂ ਤੁਸੀ ਹੁਣ 75 ਸਾਲਾਂ ਬਾਅਦ ਵੀ ਯਾਦ ਕਰ ਰਹੇ ਆਪਣੀਆਂ ਸਹੇਲੀਆਂ ਦੇ 75 ਸਾਲ ਛੋੜੋ ਨਹੀਂ ਰਿਹਾ 83 ਸਾਲ ਦੀ ਉਮਰ ਹੋ ਗਈ ਮੇਰੀ ਹੋ ਜਾਣੀਆਂ ਆਪ ਅਪ੍ਰੈਲ ਮਹੀਨੇ ਮਤਲਬ ਤੁਸੀਂ ਬਚਪਨ ਤੋਂ ਉਹਨਾਂ ਨੂੰ ਜਾਣਦੇ ਸੀਗੇ ਹਾਂ ਇਕੱਠੀਆਂ ਖੇਡੀਆਂ ਹਨਾ ਜੀ ਹਾਂ ਚਲੋ ਹੁਣ ਤੁਹਾਨੂੰ ਨੈਣ ਨਕਸ਼ ਜ਼ਿਆਦਾ ਉਹਨਾਂ ਦੇ ਹੈ ਨੈਣ ਨਕਸ਼ ਜ਼ਿਆਦਾ ਨਹੀਂ ਥੋੜਾ ਥੋੜਾ ਜ਼ਿਆਦਾ ਚਲੋ ਹੁਣ ਬੈਠੋਣੀ ਦਸਣੇ ਚੱਕ ਜਾਂਦੀ ਸੀ ਕੁੜੀਆਂ ਹੁਣ ਤੁਸੀਂ ਸੁਨੀਹਾ ਦੇ ਦਓ ਤੁਹਾਨੂੰ ਮਿਲ ਜਾਣੀਆਂ ਇੱਥੇ ਤੁਹਾਨੂੰ ਸੱਦ ਕੇ ਆਪਾਂ ਗੱਲ ਕਰਾ ਦੇਣੀ ਜਿੱਦਣ ਕਿਤੇ ਮੁਲਾਕਾਤ ਹੋ ਗਈ ਉਦੋਂ ਨੂੰ ਆ ਗਿਆ ਸੁਨੀਹਾ ਵੀ ਤਾਜਪੁਰ ਰਾਹੋਂ ਦੇ ਨੇੜੇ ਤਾਜਪੁਰ ਖੋਜੇ ਕਹਿੰਦੇ ਸੀ ਉਹਨੂੰ ਹਾਂ ਤਾਜਪੁਰ ਖੋਜੇ ਲਾ ਲਿਆ ਤਿੰਨ ਪਿੰਡ ਇਕੱਠੇ ਸੀ ਹਾਂ ਤੇ ਉਹ ਤਾਜਪੁਰ ਦੀਆਂ ਸੀਗੀਆਂ ਨੇ ਤੁਹਾਡੀਆਂ ਸਹੇਲੀਆਂ ਹਾਂ ਤਾਜਪੁਰ ਦੇ ਦੋ ਸੁਨੇਹਾ ਹੁਣ ਹੋਜੀ ਤਾਂ ਉਹਨਾਂ ਦਾ ਉਹ ਲੱਗਦਾ ਸ ਰੋਸ਼ਨੀ ਲੱਗਦੀ ਸੀ ਨਾ ਇੱਕ ਤਾਂ ਲੱਗਦੀ ਸੀ ਉਰੇ ਡੁੱਡਿਆਂ ਦੀ ਰੋਸ਼ਨੀ ਤਾਂ ਵਿੱਚ ਸੀਗੀ ਇੱਕ ਇੱਧਰ ਦੇ ਪਾਸੇ ਸੀ ਰੋਸ਼ਨੀ ਲੱਗਦੀ ਹੁਣ ਸੁਨੇਹਾ ਦੇ ਦੋ ਆਪਣੀ ਸਹੇਲੀ ਨੂੰ ਐਮਨਾ ਇੱਦਾਂ ਕਮਾ ਹਾਂ ਹਾਂ ਐਮਨਾ ਮੈਂ ਨਥੂ ਰਾਮ ਦੀ ਲੜਕੀ ਆ ਪੰਡਤ ਨਥੂ ਰਾਮ ਦੀ ਕੋਲ ਕਰੀਆਂ ਨੇ ਦੁਕਾਨ ਸੀ ਮੇਰੇ ਪਿਤਾ ਜੀ ਦੀ ਹੈ ਨਾ ਸ਼ਕੁੰਤ라 ਰਾਣੀ ਆ ਥੋੜੀ ਸਹੇਲੀ ਆਪਾਂ ਇਕੱਠੀਆਂ ਖੇਡ ਲੀਆਂ ਹੁੰਦੀਆਂ ਸੀ ਨਾ ਹੈ ਹਾਂ ਥੋੜਾ ਪ੍ਰਾ ਸਾ ਛੋਟਾ ਜੀਜ਼ ਹਾਂ ਤੁਹਾਡੇ ਬਾਜੀ ਸਗੇ ਅਮਰਦੀਨ ਛੋਟਾ ਚਾਚਾ ਨੂਰਦੀਨ ਇੱਕ ਦੁੱਲਾ ਸਗਾ ਤੁਹਾਡਾ ਤਾਇਆ ਲੱਗਦਾ ਸੀ ਰਾਗੀ ਸਗਾ ਜਿਹੜਾ ਤੁੰਬਾ ਵਜਾਉਂਦਾ ਸੀ ਰਮਨ ਦਾਦੀ ਸੀ ਤੁਹਾਡੀ ਤੇਰੀ ਮਾਤਾ ਦਾ ਨਾਮ ਨਹੀਂ ਪਤਾ ਮੈਨੂੰ ਯਾਦ ਕਰਮੀ ਦਾ ਜਹਾ ਤੇਰੀ ਚਾਚੀ ਸੀ ਨੂਰਦੀਨ ਦੇ ਘਰ ਵਾਲੀ ਕੰਮ ਹੈ ਤੇ ਕੰਮ ਵਿਆਹ ਸੀ ਤੇਰੇ ਚਾਚਾ ਨੂਰਦੀਨ ਔਰ ਹੀ ਮੈਨ ਆਈ ਨੇ ਕੁੜੀਆਂ ਸੀ ਸਰਦਾਰਾਂ ਅਮੀਦਾ ਹੈ ਸਕੀਨਾ ਜਦ ਮੈਂ ਕਹਿੰਦੀ ਜੀ ਸਕੀਨਾ ਰਗੜ ਪਦੀਨਾ ਰੋਟੀ ਖਾਣੇ ਨੂੰ ਹਾਏ ਹਾਏ ਕੁਮਾਰ ਹੈ ਗੱਲਾਂ ਤੁਹਾਨੂੰ ਜ਼ਿਆਦਾ ਸਾਰੀਆਂ ਫੇ ਬੂਟੇ ਬੂਟੇ ਵੀਰੇ ਦੀ ਸ਼ਾਦੀ ਹੋਈ ਸੀ ਹੈ ਆਪਾਂ ਦੇਖਣ ਗਈਆਂ ਫੇਰ ਔਰ ਉਹ ਕਿਲ ਪੜ੍ਹਦੇ ਆਂ ਜੀ ਕੁੜੀ ਦੀ شادی ਹੋ ਜਾਪਾ ਉਹ ਉਹ ਪੜ੍ਹਦੇ ਆ ਕੀ ਨਿਕਾਹ ਨਿਕਾਹ ਪੜ੍ਹਦੇ ਆ ਜਿਸੇ ਲਈ ਜਲਮੌਰ ਵੀ ਨਿਕਾਹ ਪੜਦਾ ਟੱਕਾ ਲੰਬੜਦਾਰ ਸੀ ਆਪਣੇ ਤਾਜ ਪਰਦਾ ਹੋਰ ਕਰਮ ਤੇ ਥੋੜੀ ਭੂਆ ਸੀ ਤੁਹਾਡੇ ਮਾਮਿਆਂ ਨੂੰ ਵੀ ਹਰੀਮ ਬਾਗਸ ਮਾਮਾ ਸੀਗਾ ਤੁਹਾਡਾ ਐਮਨਾ ਸਾਡੇ ਦੁੱਧ ਪਾਉਂਦਾ ਹੁੰਦਾ ਸੀਗਾ ਦੁੱਧ ਲੈ ਕੇ ਜਾਂਦਾ ਥਾ ਰੌਣ ਅਸੀਂ ਗੱਡੀ ਚਾਹੰਦ ਅੱਗੇ ਪਿਤਾ ਜੀ ਕਹਿੰਦੇ ਕੁੜੀ ਪਹਾੜ ਕਿੰਦਾ ਚੜੂਗੀ ਮੈਂ ਕਿਹਾ ਹਰੀਮ ਬਾਸ ਤਾਂ ਕਹਦੇ ਹੀ ਗੱਡੀ ਚੱਲਣ ਲੱਗੇ ਆ ਹੁਣ ਲੈਨ ਸਾਹਮਣੇ ਹਰੀਮ ਬਾਸ ਨੂੰ ਵਾਲ ਮਾਰ ਕੇ ਐਦਾ ਬਟੋਰ ਚ ਕਹਿੰਦਾ ਦੁੱਧ ਆ ਨਾ ਸਿਰ ਪਰ ਤੇ ਸੁਗਰਾ ਸਰਾਣ ਤੇ ਦਾ ਵਿਆਹ ਹੋ ਗਿਆ ਸੱਜਾ ਦੇ ਹੋਇਆ ਸ ਥੋੜਾ ਚਲੇ ਤੁਹਾਡੇ ਜਾਣ ਤੇ ਪਹਿਲਾਂ ਹੀ ਬਦ ਉਹ ਇੱਕ ਗੱਡੀ ਚ ਬੈਠੀਆਂ ਸੀ ਦੋਏ ਪੈਣਾ ਖੋਜੀ ਦੇਖੀਆਂ ਮੈਂ ਮੈਂ ਖੋਜੀ ਗਈ ਸੀ ਜਦੋਂ ਸੁਗਰਾ ਸਲਾਂਤ ਤੇ ਵਿਆਹ ਹੋ ਗਿਆ ਤਾਂ ਦੋ ਦਿਨ ਖੋਜੀ ਵੀ ਰਹਿੰਦੀ ਸੀ ਮੇਰੇ ਪਿਤਾ ਦੀ ਮਾਸੀ ਜਾਂਦੀ ਸੀ ਨਾ ਉੱਥੇ ਸਰ ਮਹਾਜਨ ਦਾ ਪਿੰਸ ਅੱਛਾ ਜੀ ਹਾਂ ਤੇ ਫੇ ਗੱਡੀਆਂ ਖੜੀਆਂ ਕਹਿੰਦੇ ਅੱਜ ਪਰ ਤੇ ਕੁੜੀਆਂ ਆਈਆਂ ਜਦ ਮੈਂ ਦੇਖਾਂ ਇਹ ਤਾਂ ਮੇਰੀ ਸਿਹੜੀਆਂ ਸੁਗਰਾ ਸੁਗਰਾ ਸਲਾਂਤ ਤੇ ਵਿਆਹ ਹੋ ਗਿਆ ਹਾਏ ਰੋਣ ਉਹ ਮਿਲੀਆਂ ਤੁਸੀਂ ਇਹਨਾਂ ਨੂੰ ਉਹ ਮਿੱਤਾਂ ਥੋੜੀ ਬੜੀਆਂ ਥੀਆਂ ਉਦੋਂ ਵੈਸੇ ਉਸ ਵੇਲੇ ਮੁਲਾਕਾਤ ਕੀਤੀ ਤੁਸੀਂ ਉਹਨਾਂ ਨਾਲ ਹਾਂ ਬੱਸ ਰੁੰਦੀਆਂ ਦੇਖੀਆਂ ਜਰਾ ਖੜੀਆਂ ਗੱਡੀਆਂ ਖੜੀਆਂ ਝੁੰਮਣ ਪਰੇ ਕਰਕੇ ਨਾ ਉਹ ਆਖਰੀ ਟਾਈਮ ਤੁਹਾਨੂੰ ਨਹੀਂ ਸੀ ਪਤਾ ਮੈਂ ਆਖਰੀ ਟਾਈਮ ਦੇਖ ਰਹੀ ਹਾਂ ਮੁੜ ਕੇ ਮੁਲਾਕਾਤ ਨਾ ਇਹ ਥੋੜੀ ਪਤਾ ਸੀਗਾ ਹਾਏ ਹਾਏ ਤਾਂ ਉਹ ਤਾਂ ਸਾਰਿਆਂ ਚਲੀਆਂ ਜੱਜਪੁੱਤ ਝੁੰਮਣ ਮੇਰਾ ਵਿਆਹ ਦੀ ਝੁੰਮਣ ਵਾਲੀ ਗੱਡੀ ਤੇ ਵਿਆਹ ਵਿਆਹੀ ਆਈ ਸੀ ਨਾ ਬਹੁਤ ਵਧੀਆ ਗੱਡੀ ਸੀ ਝੁੰਮਣ ਵਾਲੀ ਅੱਛਾ 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 ਸਾਡੇ ਸਿਗਾ ਕਰਨ ਸਿੰਘ ਉਹਦੀ ਗੱਡੀ ਸੀ ਸਰਵਾਰ ਉਹ ਆਪਣੀ ਗੱਡੀ ਲੈ ਕੇ ਮੇਰੇ ਵਿਆਹ ਨੂੰ ਗਿਆ ਸੀ ਤਾ ਗੱਡਾ ਸਬੜਾ ਭਾਰਾ ਗੱਡਾ ਗੱਡੀ ਜਾਂਦੇ ਸੀ ਵਿਆਹਾਂ ਲੱਗੇ ਕਿਹੜਾ ਪਿੰਡ ਸੀ ਉਹਨਾਂ ਦਾ ਕਰਮ ਸਿੰਘ ਉਹਨਾਂ ਦਾ ਕਿਹਨਾਂ ਦਾ ਕਰਮ ਸਿੰਘ ਦਾ ਪਿੰਡ ਕਿਹੜਾ ਸੀ ਅ ਲਗੜੋਆ ਲਗੜੋਏ ਤੇ ਵਿਆਹਾਂ ਗਏ ਸਨ ਮੈਂ ਹਾਂ ਠੀਕ ਜਾਂ ਫੇ ਗੱਡੀ ਵਿੱਚ ਆਈ ਜਾਂ ਮਕਲਾ ਦੇ ਨੇ ਫੇ ਬੰਤਾ ਸਿਕਾ ਬੰਤਾ ਸਿੰਘ ਸੈਣੀ ਉਹ ਵੀ ਗੱਡੀ ਲੈ ਕੇ ਮਕਲਾਵਾ ਲੈਣ ਗਏ ਉਹ ਤੇ ਉਹਦੀ ਗੱਡੀ ਗਈ ਵਾਹ ਜੀ ਦਰ ਵਿੱਚ ਝੁੰਮਣ ਵਾਲੀਆਂ ਗੱਡੀਆਂ ਹੁੰਦੀਆਂ ਸੀ ਪੁੱਤ ਅੱਛਾ ਤੁਸੀਂ ਉੱਥੇ ਆਖਰੀ ਟਾਈਮ ਉੱਥੇ ਦੇਖੀਆਂ ਉਹ ਸੇਲੀਆਂ ਆਪਣੀਆਂ ਆ ਆ ਉਹ ਸੋਗਰਾਂ ਸਹਰਾਣ ਤੇ ਦੋ ਭੈਣ ਉਹਨਾਂ ਪਰਾਂ ਨਾ ਸੀ ਕੋਈ ਰਹਿਮਾਂ ਦੀਆਂ ਕੁੜੀਆਂ ਸੀਆਂ ਪਿਤਾ ਦਾ ਨਾਮ ਨਹੀਂ ਪਤਾ ਤਾਂ ਉਹ ਉਹ ਖੋਜੀ ਸਿਖੜੇ ਕਹਿੰਦੇ ਤਾਜਪੁਰ ਦੇ ਕੁੜੀਆਂ ਦੋ ਆਈਆਂ ਵਿਆਈਆਂ ਅਸੀਂ ਕਿਆ ਦੇਖਿਆ ਝੁਮਣ ਚੱਕ ਕੇ ਦੇਖਣ ਲੱਪੀਆਂ ਹਾਏ ਉਹ ਸੋਗਰਾਂ ਸਹਰਾਣ ਤੇ ਤੁਹਾਡਾ ਵਿਆਹ ਹੋ ਗਿਆ ਕਹਿੰਦੇ ਉਹ ਰੋਣ ਦਾ ਪੀ ਮੈਂ ਦੇਖਦੇ ਇੱਕੇ ਬਸ ਫੇ ਗੱਡੀਆਂ ਤੁਰ ਪਈਆਂ ਹਾਏ ਹਾਏ ਫਿਰ ਗੱਡੀਆਂ ਤੁਰ ਪਈਆਂ ਹਾਏ ਗੱਡੀਆਂ ਗੱਡੇ ਗੱਡੀਆਂ ਜਾਂਦੇ ਦਿੰਦੇ ਸਿੱਗੇ ਬਿਲਕੁਲ ਹਾਂ ਤੇ ਹੁਣ ਬੀਬੀ ਜੀ ਉਹ ਜੇ ਜੂਨੀਆਂ ਹੋਣ ਹੂੰ ਉਹਨਾਂ ਦਾ ਕੋਈ ਪੁੱਤ ਹਾਂ ਹਾਂ ਠੀਕ ਕਹੇ ਕਿ ਜੁੰਦੀਆਂ ਆ ਅਸੀਂ ਗੱਲ ਕਰਵਾ ਦਿੰਨੇ ਆ ਹਾਂ ਫਿਰ ਦੁੱਖ ਸੁੱਖ ਫੋਲੂngੀਆਂ ਪੁਰਾਣੀਆਂ ਗੱਲਾਂ ਕਰੂngੀਆਂ ਆ ਫਿਰ ਮਾਰ 9 ਸਾਲ ਦੇ ਕਿੰਨੇ ਕ ਪੁੱਤ ਗੱਲਾਂ ਹਣੀਆਂ ਤੁਹਾਨੂੰ ਪਤਾ ਹੀ ਨਹੀਂ ਉਹਦਾ ਮਨ ਦੇ ਵਿੱਚ ਹੈ ਗੱਲ ਕਿ ਜੇ ਕਦੇ ਮਿਲ ਜਾਣਾਂਗੇ ਗੱਲ ਹਾਂ ਚਲੋ ਜੈਸੀ ਪੀੜੀਆਂ ਖੇਡਦੀਆਂ ਹੁੰਦੀਆਂ ਸੀਆਂ ਤੇ ਅੱਵੇੜੀਆਂ ਵਿੱਚ ਖੇਡਦੀਆਂ ਸੀ ਚਲੋ ਬੜਵੀਆਂ ਖੇਡਦੀਆਂ ਹੁੰਦੀਆਂ ਚਲੋ ਬੀਬੀ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੁਹਾਡੀ ਯਾਦਦਾਸ਼ਤ ਕਮਾਲ ਦੀ ਆ ਲਓ ਜੀ ਮੈਂ ਗੁਜਾਰਿਸ਼ ਕਰਦਾ ਦੇਖਣ ਵਾਲਿਆਂ ਨੂੰ ਕਿ ਆਪਣੀਆਂ ਸਹੇਲੀਆਂ ਦੇ ਬੀਬੀ ਜੀ ਨੇ ਨਾਂ ਲੈ ਆ ਤੇ ਤੁਸੀਂ ਵੀ ਲੱਭੋ ਇਹਨਾਂ ਨੂੰ ਲੱਭ ਕੇ ਥੱਲੇ ਫੋਨ ਨੰਬਰ ਛੱਡੋ ਅਸੀਂ ਫਿਰ ਤੁਹਾਡੇ ਨਾਲ رابطہ ਕਰਾਂਗੇ ਬੀਬੀ ਜੀ ਨਾਲ ਬਾਬੂ ਖਾਨ ਲੰਗੜੋਏ ਦਾ ਆਇਆ ਸੀ ਉਹਨਾਂ ਦੱਸਿਆ ਸੀ ਸਾਰੀਆਂ ਗੱਲਾਂ ਜਾ ਕੇ ਉੱਥੇ ਵੀ ਦੱਸਿਆ ਇੱਥੇ ਵੀ ਦੱਸਿਆ ਉਹਨਾਂ ਨੇ ਉਹਨੂੰ ਲੰਗੜੋਏ ਵਾਲੇ ਬਾਬੂ ਖਾਨ ਉਹਨਾਂ ਨੂੰ ਪਤਾ ਸੀ ਕਿ ਤੁਹਾਡੇ ਪਰਦੇ ਕਿੱਥੇ ਬੈਠੇ ਆ ਹਾਂ ਉਹਨਾਂ ਨੇ ਪਤਾ ਸਤ ਤਾਲ ਪਰਦੇ ਨੇ ਦੱਸਿਆ ਸਾਬਸੀ ਤਾਂ ਜੀ ਜੀ ਇਹਨਾਂ ਦੇ ਇਹਨਾਂ ਦੇ ਕਮਲੇ ਦੇ ਪਿਤਾ ਨੇ ਦੱਸਿਆ ਸੀ ਤਾਂ ਤੇ ਤਾਂ ਆਪਦੇ ਆਏ ਆ ਮੈਂ ਹਾਂ ਠੀਕ ਹੈ ਠੀਕ ਹੈ ਚਲੋ ਲਓ ਜੀ ਸਾਰਿਆਂ ਨੂੰ ਬੇਨਤੀ ਆ ਗੁਜਾਰਸ਼ ਆ ਜੀ ਕਿ ਇਹਨਾਂ ਦੀਆਂ ਸਹੇਲੀਆਂ ਨੂੰ ਲੱਭਣਾ ਫਿਰ ਇਹਨਾਂ ਦੀ ਗੱਲ ਕਰਾਵਾਂਗੇ ਚਲੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੀਬੀ ਜੀ ਮਿਹਰਬਾਨੀ ਸ਼ੁਕਰੀਆ ਫਰਮਾਉਂਦਾ ਸ਼ੁਕਰੀਆ ਜੀ ਸ਼ੁਕਰੀਆ ਜੀ